ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਨਿੰਮਾ ਸਹੂਲਤਾਂ ਉਹਨਾਂ ਨੂੰ ਕਾਲ ਕਰੋ 209-277-0113 ਦੇ ਉੱਤੇ। ਨਾਲ ਸ਼ਿਕਾਗੋ ਪੀਜ਼ਾ ਵੇ ਦੇ ਟਵਿਸਟ ਵਾਲੇ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਪੀਜ਼ਾ ਔਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਦਵਾਉਂਦੇ ਨੇ। ਲਾਇਸੈਂਸ ਲੈਣ ਦੇ ਲਈ ਕਾਲ ਫਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਹੁਤ ਹੀ ਦੁਖਦ ਖਬਰ ਜਿਹੜੀ ਆ ਰਹੀ ਆ, ਅੰਮ੍ਰਿਤਸਰ ਸਾਹਿਬ ਵਿਖੇ ਦੁਸ਼ਹਿਰੇ ਦੌਰਾਨ ਰੇਲ ਦੀ ਚਪੇਟ ਵਿੱਚ ਆ ਕੇ ਦਰਜਣਾ ਹੀ ਮੌਤਾਂ, ਕਈ ਥਾਵਾਂ ਦੇ ਉੱਤੇ 100 ਤੋਂ ਵੀ ਵੱਧ ਅੰਕੜਾ ਜਿਹੜਾ ਉਹ ਦੱਸਿਆ ਜਾ ਰਿਹਾ। ਬਿਲਕੁਲ, ਇਸ ਵੇਲੇ ਹਰ ਅੱਖ ਨਾਮਿਆ, ਹਰ ਹਿਰਦੇ ਦੇ ਵਿੱਚ ਕੁਰਲਾ ਪਿਆ, ਔਰ ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਆ ਉੱਥੇ ਉੱਥੇ ਮਾਤਮ ਨਾਲ ਪਹੁੰਚਿਆ। ਇਸ ਸਮੇਂ ਇੱਕ ਵੇਲਾ ਖੁਸ਼ੀਆਂ ਦਾ ਸੀਗਾ, ਤੁਹਾਨੂੰ ਪਤਾ ਤਿਉਹਾਰ ਆ ਅੱਜ ਦੁਸਹਿਰੇ ਦਾ, ਜਦੋਂ ਕਿਹਾ ਜਾਂਦਾ ਹੈ ਕਿ ਨੇਕੀ ਦੀ ਜਿੱਤ ਹੁੰਦੀ ਆ ਬਦੀ ਜਿੱਤ, ਪਰ ਅੱਜ ਜ਼ਿੰਦਗੀ ਤੇ ਮੌਤ ਭਾਰੀ ਪੈ ਗਈ ਹੈ। ਅੰਮ੍ਰਿਤਸਰ ਦੀ ਘਟਨਾ, ਪਹਿਲੀ ਗੱਲ ਤੇ ਇਹ ਆ ਕਿ ਵੇਖੋ, ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ ਆ, ਸਿਆਸੀ ਲੋਕ ਇੱਕ ਦੂਜੇ ਤੇ ਚਿੱਕੜ ਵੀ ਸੁੱਟਣ ਲੈ ਪਏ ਆ, ਪਰ ਵੇਖਣਾ ਪਊਗਾ ਸਭ ਤੋਂ ਪਹਿਲਾਂ ਕਿ ਇਹ ਜਿਹੜੀ ਚੀਜ਼ ਆ ਇਹ ਵਾਪਰੀ ਕਿਉਂ। ਅਸਲ ਦੇ ਵਿੱਚ ਅੰਮ੍ਰਿਤਸਰ ਦੇ ਜੌੜਾ ਫਾਟਕ ਦੇ ਲਾਗੇ ਇਹ ਸਮਾਗਮ ਚੱਲਦਾ ਪਿਆ ਸੀਗਾ, ਜਦੋਂ ਬਹਿਨ ਹੋਇਆ, ਜਿਹਨੂੰ ਆਪਾਂ ਅੱਗ ਲਾਉਣੀ ਕਹਿੰਦੇ ਹਾਂ ਜਾਂ ਰਾਵਣ ਫੂਕਣਾ ਕਹਿੰਦੇ ਹਾਂ, ਤਾਂ ਉਸ ਸਮੇਂ ਜਦੋਂ ਇਹ ਸਭ ਕੁਛ ਹੋ ਰਿਹਾ ਸੀ, ਕੜਾ ਕੜਾਕ ਪਟਾਕੇ ਚੱਲਦੇ ਪਏ ਸੀ, ਠੀਕ ਉਸ ਸਮੇਂ ਇੱਕ ਤੇਜ਼ ਰਫ਼ਤਾਰ ਟ੍ਰੇਨ ਗੁਜ਼ਰਦੀ ਆ ਔਰ ਜ਼ਿੰਦਗੀਆਂ ਨੂੰ ਕੱਟਦੀ, ਜ਼ਿੰਦਗੀਆਂ ਨੂੰ ਮੁਕਾਉਂਦੀ ਲੰਘ ਜਾਂਦੀ ਆ। ਹੁਣ ਜਿਹੜੀ ਵੇਖਣ ਵਾਲੀ ਗੱਲ ਆ ਉਹ ਇਹ ਆ ਕਿ ਬਹੁਤ ਸਾਰੇ ਲੋਕ ਉਸ ਸਮਾਗਮ ਦੇ ਦੌਰਾਨ ਰੇਲਵੇ ਟਰੈਕ ਤੇ ਖੜੇ ਨਜ਼ਰ ਆਉਂਦੇ, ਨਾਲ ਹੀ ਪਰੇ ਯਾਨੀ ਰੇਲਵੇ ਟਰੈਕ ਤੋਂ ਥੋੜੀ ਦੂਰ ਤੇ ਪਹਿਲਾਂ ਉਹ ਦੁਸਹਿਰਾ ਸਮਾਗਮ ਹੈ ਜਿਹੜਾ ਉਹ ਦੂਰ ਥੋੜੀ ਜਿਹੀ ਸ਼ੁਰੂ ਹੁੰਦਾ। ਪਰ ਦੱਸਦੇ ਆ ਕਿ ਨਵਜੋਤ ਕੌਰ ਸਿੱਧੂ ਨੇ ਉਹਦੇ ਚ ਸ਼ਿਰਕਤ ਕਰਨੀ ਸੀਗੀ, ਉਹਦੀ ਡੇਟ ਲੱਤੀ ਸੀ ਆ ਜਿਹੜੀ, ਕੁਛ ਲੋਕ ਦੱਸਦੇ ਆ ਕਿ ਉਹ ਵੀ ਇਹਨਾਂ ਮੌਤਾਂ ਦੀ ਵਜ੍ਹਾ ਬਣੀ, ਕਿਉਂਕਿ ਇਹ ਸਮਾਗਮ ਫਿਰ ਦੇਰ ਰਾਤ ਤੱਕ ਚਲੇ ਗਿਆ, ਯਾਨੀ ਦੇਰ ਸ਼ਾਮ ਤੱਕ ਚਲੇ ਗਿਆ, 7:30 ਦਾ ਟਾਈਮ ਜਿਹੜਾ ਸੀ ਉਹ ਹੋ ਗਿਆ, ਤੇ ਨਹੀਂ ਤਾਂ ਆਮ ਤੌਰ ਤੇ 6:15-6:30 ਦੇ ਦਰਮਿਆਨ ਇਹ ਸਮਾਂ ਮੁੱਕ ਜਾਂਦਾ। ਤਾਂ ਹੁਣ ਕੁਛ ਲੋਕ ਇਹ ਕਹਿੰਦੇ ਆ ਕਿ ਨਵਜੋਤ ਕੌਰ ਸਿੱਧੂ ਜਿਹੜੀ ਉਸ ਸਮੇਂ ਸਪੀਚ ਕਰਦੀ ਪਈ ਸੀ ਜਦੋਂ ਇਹ ਸਾਰਾ ਕੁਛ ਵਾਪਰਿਆ, ਉਦੋਂ ਉਹ ਉੱਥੋਂ ਚਲੇ ਗਈ ਆ, ਉਹਨੇ ਘਟਨਾ ਵਾਲੀ ਥਾਂ ਤੇ ਆ ਕੇ ਇਹ ਮੰਜ਼ਰ ਵੇਖਣਾ ਜਾਂ ਲੋਕਾਂ ਦਾ ਦਰਦ ਵਟਾਉਣਾ ਜਿਹੜਾ ਉਹ ਮੁਨਾਸਿਬ ਨਹੀਂ ਸਮਝਿਆ। ਪਰ ਉਹ ਕਹਿੰਦੀ ਆ ਕਿ ਮੈਂ ਪਹਿਲਾਂ ਹੀ ਉੱਥੋਂ ਜਾ ਚੁੱਕੀ ਸੀਗੀ, ਹਸਪਤਾਲ 'ਚ ਗਈ ਆ, ਉੱਥੇ ਵੀ ਵਿਰੋਧਤਾ ਹੋਈ ਆ ਉਹਦੀ, ਵੈਸੇ ਨਵਜੋਤ ਸਿੱਧੂ ਦੇ ਖਿਲਾਫ਼ ਵੀ ਕਾਫ਼ੀ ਨਾਅਰੇਬਾਜ਼ੀ ਹੋ ਰਹੀ ਆ, ਉਹਦੇ ਸਿਆਸੀ ਵਿਰੋਧੀ ਮੰਨੇ ਹੋਈ, ਉਹ ਸਿੱਧੇ ਤੌਰ ਤੇ ਕਹਿੰਦੀ ਆ ਕਿ ਇਹ ਲੋਕ ਜ਼ਿੰਮੇਵਾਰ ਆ। ਪਰ ਇਹਨਾਂ ਚੀਜ਼ਾਂ ਨੂੰ ਹਾਲ ਦੀ ਘੜੀ ਅਸੀਂ ਦਰਕਿਨਾਰ ਕਰ ਦਈਏ, ਸਭ ਤੋਂ ਪਹਿਲਾਂ ਵੇਖਣ ਵਾਲੀ ਉਹ ਚੀਜ਼ ਆ ਕਿ ਕੀ ਉਹ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਨੇ ਇਸ ਪੱਖ ਤੋਂ ਧਿਆਨ ਰੱਖਿਆ ਕਿ ਨੇੜੇ ਬਿਲਕੁਲ ਰੇਲਵੇ ਟਰੈਕ ਆ, ਜਦੋਂ ਇੰਨੀ ਜਨਤਾ ਜੁੜੂਗੀ ਕਿ ਲੋਕ ਉਸ ਰੇਲਵੇ ਟਰੈਕ ਤੇ ਨਹੀਂ ਖੜਨਗੇ। ਜੇ ਆਮ ਤੌਰ ਤੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਆਯੋਜਨ ਹੁੰਦਾ ਸੀਗਾ ਤਾਂ ਦੱਸਦੇ ਆ ਕਿ ਅੱਗੇ ਟ੍ਰੇਨਾਂ ਦੀ ਆਵਾਜਾਈ ਕੁਛ ਸਮੇਂ ਲਈ ਮੁਲਤਵੀ ਕਰਵਾ ਲਈ ਜਾਂਦੀ ਸੀ ਕਿ ਐਤਕੀ ਉਕਤਾਈ ਕੀਤੀ ਗਈ। ਐਤਕੀ ਇਹ ਵੀ ਦੋਸ਼ ਲੱਗਦਾ ਕਿ ਉਸ ਜਗ੍ਹਾ ਤੇ ਪਰਮਿਸ਼ਨ ਹੀ ਹੈ ਨਹੀਂ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ। ਬਹਰਹਾਲ ਅਸੀਂ ਉਹਨਾਂ ਤੇ ਬਹੁਤਾ ਜ਼ਿਆਦਾ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਇਸ ਵੇਲੇ ਤੇ ਸੋਖੀ ਸੋਖ ਸਕਦੇ ਹਾਂ ਕਿ ਜਿਹੜੇ ਲੋਕ ਜ਼ਖਮੀ ਆ ਉਹ ਘੱਟੋ ਘੱਟ ਬਚ ਜਾਣ, ਜਿਹੜੇ ਬਹੁਤ ਹੋ ਚੁੱਕੇ ਹਾਲਾਤ ਹੋ ਚੁੱਕੇ ਆ ਉਹਨਾਂ ਬਾਰੇ ਤੇ ਸਿਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੀਆਂ ਸੰਵੇਦਨਾਵਾਂ
ਸਾਡੀਆਂ ਭਾਵਨਾਵਾਂ, ਸਾਡੀਆਂ ਪੀੜਾ ਉਹਨਾਂ ਲੋਕਾਂ ਦੇ ਨਾਲ ਹੈ ਜਿਹਨਾਂ ਦੇ ਆਪਣੇ ਪਿਆਰੇ ਛੱਡੇ ਗਏ ਆ, ਪਰ ਜਿਹੜੇ ਲੋਕ ਜ਼ਖਮੀ ਆ ਅਸੀਂ ਉਹਨਾਂ ਦੀ ਦੁਆ ਕਰੀਏ ਕਿ ਉਹ ਬਚ ਜਾਣ, ਨਾਲ ਅਪੀਲ ਵੀ ਕਰੀਏ ਜਿੰਨੇ ਵੀ ਉੱਥੇ ਨੇੜਲੇ ਲੋਕ ਆ ਕਿ ਜੇ ਕਿਸੇ ਨੂੰ ਖੂਨ ਦੀ ਲੋੜ ਆ ਜਾਂ ਕਿਸੇ ਨੂੰ ਹੋਰ ਕਿਸੇ ਚੀਜ਼ ਦੀ ਲੋੜ ਆ ਉੱਥੇ ਵੱਧ ਤੋਂ ਵੱਧ ਦਿਆਨਤਾ ਦਿਖਾਉਣ ਦੀ ਜ਼ਰੂਰਤ ਆ। ਪਰ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆ ਉਹ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਹੁੰਦੇ ਆ, ਜਦੋਂ ਮੁੱਦਾ ਭਾਵਨਾਵਾਂ ਹੁੰਦਾ, ਤਾਂ ਜਿਹੜਾ ਪ੍ਰਸ਼ਾਸਨ ਆ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਇਲੀਗਲ ਗਤੀਵਿਧੀਆਂ ਹੁੰਦੀਆਂ, ਯਾਨੀ ਜਿਹੜੀਆਂ ਚੀਜ਼ਾਂ ਪਰਮਿਟ ਵੀ ਨਹੀਂ ਹੁੰਦੀਆਂ, ਉਹਨਾਂ ਨੂੰ ਰੋਕਣ ਦੀ ਥਾਂ ਤੇ ਸਗੋਂ ਨੇਪਰੇ ਚੜ੍ਹਨ ਦੇ ਵਿੱਚ ਸਹਿਯੋਗ ਦਿੰਦਾ, ਜਿਹੜੀ ਕਿ ਬੜੀ ਭੈੜੀ ਕੁਰੀਤ ਆ। ਤਾਂ ਘੱਟੋ ਘੱਟ ਕਾਇਦੇ ਦੇ ਮੁਤਾਬਿਕ ਇਹ ਚੀਜ਼ਾਂ ਵੇਖਣੀਆਂ ਲਾਜ਼ਮੀ ਆ। ਤਾਂ ਪ੍ਰਸ਼ਾਸਨ ਕਈ ਵਾਰ, ਕਿਉਂਕਿ ਲੀਡਰਾਂ ਨੇ ਸ਼ਿਰਕਤ ਕਰਨੀ ਹੁੰਦੀ ਆ ਰੇਤਾਂ ਤੇ, ਤਾਂ ਪ੍ਰਸ਼ਾਸਨ ਕਈ ਵਾਰ ਦੱਬ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਵੇਲਾ ਆ ਗਿਆ ਕਿ ਚਾਹੇ ਕਿਸੇ ਵੀ ਧਰਮ ਨਾਲ ਜੁੜਿਆ ਕੋਈ ਵੀ ਇਸ ਤਰ੍ਹਾਂ ਦਾ ਆਯੋਜਨ ਹੁੰਦਾ, ਤਾਂ ਕਾਇਦੇ ਦੇ ਮੁਤਾਬਕ ਦੇਖਿਆ ਜਾਵੇ ਕਿ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਪ੍ਰਬੰਧਕ ਕਮੇਟੀ ਪੂਰਾ ਕਰਦੀ ਹੈ ਜਾਂ ਨਹੀਂ। ਜੇ ਇੱਥੇ ਵੀ ਪ੍ਰਬੰਧਕ ਕਮੇਟੀ ਨੇ ਕੁਛ ਇਸ ਤਰ੍ਹਾਂ ਦਾ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਪਰਚਾ ਉਹਨਾਂ ਦਾ ਬਣਦਾ। ਤਾਂ ਦੂਜੀ ਚੀਜ਼ ਇਹ ਆ ਕਿ ਹੋਰ ਚਾਹੇ ਪ੍ਰਸ਼ਾਸਕੀ ਲਾਪਰਵਾਹੀ ਆ ਚਾਹੇ ਪ੍ਰਬੰਧਕੀ ਲਾਪਰਵਾਹੀ, ਜਿਹਦੀ ਵੀ ਲਾਪਰਵਾਹੀ ਆ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਔਰ ਲੋਕਾਂ ਨੂੰ ਵੀ ਵੇਖਣਾ ਚਾਹੀਦਾ, ਜਿਹੜੇ ਰੇਲਵੇ ਟਰੈਕ ਤੇ ਖੜੇ ਸਨ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਕਿ ਰੇਲ ਗੱਡੀ ਦਾ ਕੋਈ ਟਾਈਮ ਨਹੀਂ ਹੁੰਦਾ, ਆਪਾਂ ਨੂੰ ਕੋਈ ਪੱਕਾ ਪਤਾ ਨਹੀਂ ਹੁੰਦਾ। ਵੈਸੇ ਵੀ ਇੰਡੀਅਨ ਰੇਲਵੇ ਦਾ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਟਾਈਮ ਫਿਕਸ ਆ ਉਹਦੇ ਤੋਂ ਗੱਡੀ ਕਈ ਵਾਰ ਅਗਾੜੀ ਵੀ ਆ ਜਾਂਦੀ, ਕਈ ਵਾਰ ਪਿਛਾੜੀ ਵੀ ਚਲੇ ਜਾਂਦੀ ਹੈ। ਸਾਰੇ ਪੱਖ ਵਿਚਾਰਨੇ ਚਾਹੀਦੇ ਆ, ਪਰ ਸਭ ਤੋਂ ਦੁਖਦ ਪਹਿਲੂ ਇਸ ਹਾਦਸੇ ਦਾ ਇਹ ਕਿ ਇਸ ਵੇਲੇ ਪੂਰੇ ਮੈਂ ਕਹੂੰਗਾ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਆ ਉੱਥੇ ਉੱਥੇ ਮਾਤਮ ਪਸ ਰਿਹਾ। ਤੋ ਉਮੀਦ ਕਰਦੇ ਹਾਂ ਕਿ ਅੰਕੜਾ ਹੁਣ ਘੱਟ ਤੋਂ ਘੱਟ ਰਹੂਗਾ, ਪਰ ਜਿੱਦਾਂ ਤੁਸੀਂ 100 ਦੀ ਗੱਲ ਕਰ ਦਿੱਤੀ ਆ, ਕੁਛ ਪ੍ਰਤੱਖ ਦਰਸ਼ੀ ਤੇ ਇਹਨੂੰ 150-200 ਦੇ ਕਰੀਬ ਵੀ ਦੱਸੀ ਜਾਂਦੇ ਆ। ਜੀ ਜੀ, ਕਈ ਨਿਊਜ਼ ਏਜੰਸੀਆਂ ਵਾਕਿਆ ਮਿੰਟੋ ਜੀ 100-150 ਆਲਰੇਡੀ ਕਹਿਣ ਲੱਗ ਗਈਆਂ, ਕਿਤੇ 90 ਕਿਤੇ 100, ਪਰ ਬਹੁਤ ਹੀ ਜ਼ਿਆਦਾ ਮੰਦਭਾਗਾ ਜਿਹੜਾ ਇਹ ਘਟਨਾ ਆ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਤਿਉਹਾਰਾਂ ਦਾ ਸਮਾਂ ਆ, ਲੋਕ ਖੁਸ਼ੀਆਂ ਮਨਾਉਂਦੇ ਆ, ਪਰ ਇਸ ਨੇ ਇਸ ਵਾਰੀ ਤਿਉਹਾਰਾਂ ਦਾ ਮਜ਼ਾ ਜਿਹੜਾ ਆ ਜ਼ਰੂਰ ਜਿਹੜਾ ਆ ਉਹ ਨੀਵਾਂ ਹੋਣਾ ਆ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗਮ ਜਿਹੜਾ ਉਹ ਭੁੱਲਣਾ ਨਹੀਂ ਆ। ਬਹੁਤ ਮੰਦਭਾਗੀ ਖਬਰ ਵਾਪਰੀ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਚੀਨ ਨੇ ਰੋਕਿਆ ਆ ਬ੍ਰਹਮਪੁੱਤਰ ਦਾ ਪਾਣੀ, ਅਰੁਣਾਚਲ ਦੇ ਸੰਸਦ ਦਾ ਇਹ ਦਾਵਾ। ਹਾਂਜੀ, ਸੰਸਦ ਮੈਂਬਰ ਹੈਗਾ ਨਿਨੋਂਗ ਏਰਿੰਗ, ਜਿਹਨੇ ਕੇਂਦਰੀ ਜਲ ਸੰਸਾਧਨ ਰਾਜ ਮੰਤਰੀ ਅਰਜੁਨ ਰਾਮ ਮੇਘਪਾਲ ਨੂੰ ਪੱਤਰ ਲਿਖ ਕੇ ਇਸ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਵਾ। ਉਹ ਕਹਿੰਦਾ ਕਿ ਬ੍ਰਹਮਪੁੱਤਰ ਦਾ ਪਾਣੀ ਹੈ ਜਿਹੜਾ ਉਹਨਾਂ ਨੇ ਰੋਕ ਲਿਆ, ਤੇ ਅਰੁਣਾਚਲ ਦੇ ਜਿਹੜੇ ਇਲਾਕੇ ਤੁਟਿੰਗ ਜਾਂ ਯੋਂਗ ਜਾਂ ਪਾਸੀਘਾਟ, ਇਹਨਾਂ ਦੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਆ। ਤਾਂ ਉਹਨਾਂ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ। ਹੁਣ ਚੀਨ ਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਬ੍ਰਹਮਪੁੱਤਰ ਦਾ ਪਾਣੀ ਹੈ ਜਿਹੜਾ ਉਹ ਰੋਕ ਲਿਆ ਵਾ। ਉਹਨਾਂ ਨੇ ਪਿੱਛੇ ਜੇ ਡੈਮ ਬਣਾਇਆ ਸੀਗਾ 6-7 ਸਾਲ ਪਹਿਲਾਂ, ਸ਼ਾਇਦ ਉਹਦਾ ਨਾਂ ਗੁੰਬਜ ਕੁਛ ਐਸਾ ਨਾਮ ਸੀਗਾ। ਉਦੋਂ ਤੋਂ ਲੈ ਕੇ ਹੀ ਇਹ ਖਤਰਾ ਇਹ ਖਰਚਾ ਸੀਗਾ ਕਿ ਕਿਸੇ ਵੇਲੇ ਵੀ ਚੀਨ ਹੈ ਜਿਹੜਾ ਉਹ ਛੇੜਛਾੜ ਕਰੂਗਾ ਹੀ ਕਰੂਗਾ। ਵੈਸੇ ਵੀ ਜੇ ਆਪਾਂ ਦੇਖਾਂਗੇ 1951 ਚ ਉਹਨਾਂ ਨੇ ਤਿੱਬਤ ਤੇ ਜਿੱਦਾਂ ਕਬਜ਼ਾ ਕੀਤਾ, ਜਿੱਦਾਂ ਕਰੀਏ ਨਾ ਕਿ ਨਲਕਾ, ਇੱਕ ਨਲਕਾ ਹੋਵੇ ਤੇ ਉੱਥੋਂ ਸਾਰੇ ਪਿੰਡ ਨੂੰ ਪਾਣੀ ਜਾਣਾ ਹੋਵੇ, ਤਾਂ ਉਹਨਾਂ ਦੇ ਹੱਥ ਨਲਕਾ ਆ ਗਿਆ ਸੀ, ਹੱਥੀ ਆ ਗਈ। ਉਹਨਾਂ ਨੇ ਜਿਹੜਾ ਕਬਜ਼ਾ ਕੀਤਾ ਸੀ ਬੜਾ ਸੋਚ ਵਿਚਾਰ ਕੇ ਕੀਤਾ ਸੀ। ਔਰ 1997 ਚ ਜਦੋਂ UN ਦੇ ਵਿੱਚ ਇਹ ਮਤਾ ਲਿਆਂਦਾ ਗਿਆ ਸੀਗਾ ਕਿ ਜਿਹਨਾਂ ਜਿਹਨਾਂ ਦੇਸ਼ਾਂ ਦਾ ਨਦੀਆਂ ਤੇ ਕੰਟਰੋਲ ਆ ਉਹ ਗਰੰਟੀ ਦੇਣ ਕਿ ਜਿੱਥੇ ਜਿੱਥੇ ਜਿਹੜੇ ਜਿਹੜੇ ਮੁਲਕਾਂ ਚ ਪਾਣੀ ਪਹੁੰਚਦਾ ਉਹ ਕਦੇ ਵੀ ਰੁਕਾਵਟ ਨਹੀਂ ਬਣਨਗੇ। ਤਾਂ ਉਦੋਂ ਹੀ ਚਾਈਨਾ ਨੇ ਕਹਿਤਾ ਸੀਗਾ ਕਿ ਨੋ ਵੋਟ, ਅਸੀਂ ਵੋਟ ਨਹੀਂ ਕਰਾਂਗੇ। ਤਾਂ ਉਦੋਂ ਹੀ ਇਹਨਾਂ ਦੀ ਭੈਣ ਤੜੇਬਾਜ਼ੀ ਹੈ ਜਿਹੜੀ ਸਮਝ ਆ ਗਈ ਸੀਗੀ। ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਬ੍ਰਹਮਪੁੱਤਰ ਦਾ ਪਾਣੀ ਰੋਕ ਲਿਆ, ਤੇ ਜਦੋਂ ਇੱਕੋ ਝਟਕੇ ਚ ਛੱਡਣਗੇ ਤਾਂ ਫਿਰ ਹੜ੍ਹ ਵੀ ਆ ਸਕਦਾ। ਔਰ ਪਿਛਲੀ ਦਫਾ ਜਦੋਂ ਅਸਮ ਦੇ ਵਿੱਚ ਹੜ੍ਹ ਆਇਆ ਉਦੋਂ ਵੀ ਅੰਦੇਸ਼ਾ ਜਤਾਇਆ ਗਿਆ ਸੀਗਾ, ਕਿਉਂਕਿ ਇਹਨਾਂ ਨੇ ਡਾਟਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ। ਤੁਹਾਨੂੰ ਯਾਦ ਹੋਣਾ 2017 ਦੇ ਵਿੱਚ ਜੋ ਸਮਝੌਤਾ ਹੋਇਆ ਸੀ ਉਹਦੇ ਮੁਤਾਬਕ ਇਹਨਾਂ ਨੇ ਡਾਟਾ ਦੇਣਾ ਸੀ, ਡਾਟਾ ਸ਼ੇਅਰ ਕਰਨਾ ਸੀ ਸਾਰਾ ਪਾਣੀ ਦਾ, ਪਰ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸਮਝੌਤਾ ਉਲੰਘ ਕੇ ਵੀ। ਤਾਂ ਉਦੋਂ ਇਹ ਖਰਚਾ ਜ਼ਾਹਰ ਕੀਤਾ ਗਿਆ ਸੀਗਾ ਕਿ ਸ਼ਾਇਦ ਇਹ ਵੀ ਚੀਨ ਦੀ ਕੋਈ ਨਾ ਕੋਈ ਜਿਹੜੀ ਆ ਚਾਲ ਹੋ ਸਕਦੀ ਹੈ। ਬਹਿਰਹਾਲ ਦੇਖਣਾ ਪਊਗਾ ਹੁਣ ਚੀਨ ਕੀ ਕਦਮ ਚੁੱਕਦਾ, ਭਾਰਤ ਕੀ ਕਦਮ ਚੁੱਕਦਾ, ਪਰ ਇਸ ਸਮੇਂ ਚੀਨ ਇਕੱਲਾ ਭਾਰਤ ਨੂੰ ਹੀ ਦੁਖੀ ਨਹੀਂ ਕਰ ਰਿਹਾ, ਇਸ ਮੁੱਦੇ ਤੇ ਉਹ ਕਈ ਦੇਸ਼ਾਂ ਦੇ ਬੁੱਲ ਖੁਸ਼ਕ ਕਰੀ ਬੈਠਾ, ਕਿਉਂਕਿ ਕਈ ਹੋਰ ਵੀ ਦੇਸ਼ ਹੈ ਜਿਹਨਾਂ ਨੂੰ
ਪਾਣੀ ਜਾਂਦਾ। ਮੈਂ ਕਹੂੰਗਾ ਕਿ ਦੇਸ਼ ਤਾਂ ਹੀ ਆ, ਜਿੱਦਾਂ ਸੈਂਟਰਲ ਏਸ਼ੀਆ ਦੇ ਕਈ ਦੇਸ਼ ਬਣ ਜਾਂਦੇ ਆ, ਵੀਅਤਨਾਮ ਨੂੰ ਵੀ ਜਾਂਦਾ, ਉਹਨਾਂ ਜਿਹੜੇ ਦਰਿਆ ਲੰਘ ਕੇ ਜਾਂਦੇ, ਨੇਪਾਲ ਨੂੰ ਵੀ ਆਉਂਦਾ, ਤੇ ਕੰਬੋਡੀਆ ਤੱਕ ਜਾਂਦਾ, ਲਾਓਸ ਤੱਕ ਜਾਂਦਾ। ਤਾਂ ਉਹ ਸਾਰੇ ਹੀ ਜਿੰਨੇ ਦਰਿਆ ਲੰਘਦੇ ਆ ਉਹਨਾਂ ਦੇ ਅਧਿਕਾਰ ਖੇਤਰ ਚੋਂ, ਤਾਂ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਡੈਮ ਨਿਰਮਿਤ ਕਰਦਾ ਪਿਆ। ਔਰ ਡੈਮਾਂ ਦੀ ਜੇ ਗੱਲ ਕਰੀਏ, ਜਿੰਨੀ ਕੁ ਮੈਨੂੰ ਜਾਣਕਾਰੀ ਆ, ਜਿੰਨੇ ਕੁੱਲ ਸੰਸਾਰ ਦੇ ਵਿੱਚ ਡੈਮ ਆ, ਉਹ ਤੋਂ ਵੀ ਜ਼ਿਆਦਾ ਇਕੱਲੇ ਚੀਨ ਦੇ ਵਿੱਚ ਕਿੰਨੇ ਬਣਾਏ ਆ, 86,000 ਡੈਮ ਆ, 86,000। ਇਹਦੇ ਚੋਂ ਇੱਕ ਤਿਹਾਈ ਮੇਰੇ ਖਿਆਲ ਦੇ ਨਾਲ ਵੱਡੇ ਡੈਮ ਆ, ਜਿਹਨਾਂ ਨੂੰ ਆਪਾਂ 15 ਮੀਟਰ ਤੋਂ ਉੱਚੇ ਗਿਣਦੇ ਆ, ਲਾਰਜ ਡੈਮ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਤਾਂ ਉਹਨਾਂ ਦਾ ਪਰਪਸ ਕੀ ਆ ਕਿ ਜਿਹੜਾ ਉਹਨਾਂ ਦਾ ਈਸਟਰਨ ਏਰੀਆ ਜਿੱਥੇ ਸ਼ੁੱਧ ਪਾਣੀ ਦੀ ਘਾਟ ਹੈ, ਵੈਸੇ ਪੂਰੇ ਸੰਸਾਰ ਦੇ ਵਿੱਚ ਹੀ ਸ਼ੁੱਧ ਪਾਣੀ ਦੀ ਘਾਟ ਹੈ, 70% ਜਿਹੜਾ ਪਾਣੀ ਆ ਉਹਦੇ ਚੋਂ 97% ਪਾਣੀ ਹੈ ਜਿਹੜਾ ਉਹ ਪੀਣ ਲਾਇਕ ਨਹੀਂ ਹੈ, ਜਿਹੜਾ ਬਚਿਆ ਉਹ ਵੀ ਨੌਰਥ ਪੋਲ ਸਾਊਥ ਪੋਲ ਦੇ ਵਿੱਚ ਬਹੁਤਾ ਫਸਿਆ, 1% ਬਚਦਾ ਉਹ ਆਪਾਂ ਪਲਿਊਟ ਕਰੀ ਬੈਠੇ ਹਾਂ ਬਹੁਤ ਸਾਰਾ ਪਾਣੀ, ਤਾਂ ਜਿਹੜਾ ਬਚਦਾ ਤਾਂ ਉਹ ਇੱਕ ਵਜ੍ਹਾ ਬਣੇਗਾ ਕਹਿੰਦੇ ਕਿ ਤੀਸਰੀ ਸੰਸਾਰ ਜੰਗ, ਤਾਂ ਉਹਦਾ ਲੱਛਣ ਹੈ ਜਿਹੜਾ ਇੱਥੋਂ ਦਿਸਣਾ ਸ਼ੁਰੂ ਹੋ ਜਾਂਦਾ, ਕਿਉਂਕਿ ਇਹ ਪਾਣੀ ਨੂੰ ਡਾਈਵਰਟ ਕਰ ਰਹੇ ਆ ਕਿ ਈਸਟਰਨ ਰੀਜਨ ਦੇ ਵਿੱਚ ਪਾਣੀ ਪਹੁੰਚਾ ਦਿੱਤਾ ਜਾਵੇ, ਕਿਉਂਕਿ ਉਸ ਇਲਾਕੇ ਦੇ ਵਿੱਚ ਇਹਨਾਂ ਦਾ ਸ਼ਹਿਰੀਕਰਨ ਬਹੁਤ ਤੇਜ਼ੀ ਨਾਲ ਵਧਿਆ। ਯੈਲੋ ਸੀ ਵਾਲੇ ਪਾਸੇ ਜੇ ਤੁਸੀਂ ਨਕਸ਼ਾ ਦੇਖੋਗੇ ਤਾਂ ਬਹੁਤ ਤੇਜ਼ੀ ਨਾਲ ਇਹਨਾਂ ਦਾ ਸ਼ਹਿਰੀਕਰਨ ਹੋਇਆ, ਇਹ ਇੱਧਰੋਂ ਪਾਣੀ ਲਿਜਾ ਕੇ ਤਿੱਬਤ ਵਾਲੀ ਸਾਈਡ ਉਸ ਏਰੀਏ ਨੂੰ ਪਾਣੀ ਦੇਣਾ ਚਾਹੁੰਦੇ ਆ। ਤਾਂ ਚੀਨ ਦੀ ਜਿਹੜੀ ਰਣਨੀਤੀ ਆ ਉਹ ਬਿਲਕੁਲ ਕਲੀਅਰ ਹੈ, ਤਾਂ ਇਸ ਰਣਨੀਤੀ ਦੇ ਮੌਕੇ ਤੇ ਹੁਣ ਭਾਰਤ ਕੀ ਰਿਐਕਟ ਕਰਦਾ ਦੇਖਣਾ ਹੋਊਗਾ। ਯਾਨੀ ਭਾਰਤ ਲਈ ਸੰਕੇਤ ਜਿਹੜੇ ਆ ਕਰੀਬ ਕਰੀਬ ਖਤਰੇ ਦੇ ਘੁੱਗੂ ਵਾਲੇ ਆ, ਇਹ ਖਤਰੇ ਦਾ ਘੁੱਗੂ ਬੋਲ ਪਿਆ, ਇਕੱਲਾ ਭਾਰਤ ਹੀ ਨਹੀਂ ਹੋਰ ਦੇਸ਼ ਹੈ ਜਿਹੜੇ, ਉਹਨਾਂ ਨੂੰ ਵੀ ਹੁਣ ਚੁਕੰਨਾ ਹੋ ਜਾਣਾ ਪਊਗਾ। ਜਿਹੜੇ ਰਾਮ ਮੰਦਿਰ ਦਾ ਰੌਲਾ ਪਾਉਂਦੇ ਆ ਉਹਨਾਂ ਨੂੰ ਮਾੜਾ ਜਿਹਾ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਮੋਦੀ ਸਾਹਿਬ ਨੂੰ ਕਹਿਣ ਕਿ ਕਰੋ ਕੁਛ ਹੁਣ ਸਾਹਿਬ ਬਹਾਦਰ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ। ਸ੍ਰੀ ਹਰਿਮੰਦਰ ਸਾਹਿਬ ਵਿਖੇ 4 ਲੱਖ ਦੀਵੇ ਜਗਾਉਣ ਦੇ ਫੈਸਲੇ ਦੇ ਉੱਤੇ ਖੜਾ ਹੋਇਆ ਵਿਵਾਦ। ਦੇਖੋ, ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਐਤਕੀ 4 ਲੱਖ ਦੀਵੇ ਜਗਾਉਣੇ ਆ, ਤੇ ਉਹਦੇ ਵਾਸਤੇ ਇਹਨਾਂ ਨੇ ਸਰੋਵਰ ਦੇ ਆਲੇ ਦੁਆਲੇ ਇੱਕ ਆਰਜ਼ੀ ਢਾਂਚਾ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਇਹ ਵਿਵਾਦ ਹੋ ਗਿਆ। ਇਸ ਵਿਵਾਦ ਤੇ ਸਭ ਤੋਂ ਵੱਡੀ ਪ੍ਰਤੀਕਿਰਿਆ ਪਤਾ ਕਿਹਦੀ ਆਈ? ਜਿਹੜਾ ਕਿ ਹੁਣ ਸਾਬਕਾ ਜਥੇਦਾਰ ਹੋ ਗਿਆ ਗਿਆਨੀ ਗੁਰਬਚਨ ਸਿੰਘ, ਉਹਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ ਕਿ ਮੈਂ ਪੂਰੀ ਤਰ੍ਹਾਂ ਸੀਪੀਸੀ ਦੇ ਇਸ ਫੈਸਲੇ ਦੇ ਨਾਲ ਅਸਹਿਮਤ ਆ। ਸੁੰਦਰਤਾ ਵਧਾਉਣ ਦੇ ਬਹਾਨੇ ਗੁਰੂ ਦੀ ਰਚਨਾ ਨੂੰ ਬਦਲਣ ਜਾਂ ਵਿਗਾੜਨ ਦਾ ਕਿਸੇ ਕੋਲ ਅਧਿਕਾਰ ਨਹੀਂ ਹੈ। ਇਹ ਸਰੋਵਰ ਦੀ ਪਵਿੱਤਰਤਾ ਨੂੰ ਤਬਾਹ ਕਰ ਦੇਵੇਗਾ ਤੇ ਸ਼ਰਧਾਲੂਆਂ ਲਈ ਵੀ ਅਸੁਵਿਧਾ ਦਾ ਕਾਰਨ ਬਣੇਗਾ, ਨਾਲ ਹੀ ਇਹ ਗੁਰਦੁਆਰੇ ਦੀ ਅਸਲੀ ਦਿੱਖ ਨੂੰ ਖਰਾਬ ਕਰ ਦੇਵੇਗਾ। ਇਹ ਕੌਣ ਬੋਲ ਰਹੇ ਆ? ਗਿਆਨੀ ਗੁਰਬਚਨ ਸਿੰਘ। ਸੋ ਗਿਆਨੀ ਗੁਰਬਚਨ ਸਿੰਘ ਜੀ ਦੀ ਇਹ ਪ੍ਰਤੀਕਿਰਿਆ ਆਈ ਆ ਜਦੋਂ ਉਹ ਸਾਬਕਾ ਜਥੇਦਾਰ ਹੋ ਗਿਆ, ਤੇ ਕਹਿੰਦੇ ਆ ਕਿ ਮੈਨੂੰ ਸੰਗਤ ਤੋਂ ਬਹੁਤ ਸਾਰੀਆਂ ਗੱਲਾਂ ਆਈਆਂ, ਬਹੁਤ ਸਾਰਿਆਂ ਨੇ ਗੁਰਪੁਰਬ ਮਨਾਉਣ ਦੇ ਇਸ ਢੰਗ ਉੱਤੇ ਇਤਰਾਜ਼ ਉਠਾਏ ਆ। ਤਾਂ ਬਿਲਕੁਲ ਇਤਰਾਜ਼ ਉੱਠਦੇ ਪਏ ਆ। ਇਹਨਾਂ ਦੇ ਵਿੱਚ ਕਈ ਸਿੱਖ ਆਗੂ ਵੀ ਆ, ਜਿੱਦਾਂ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਜੀ ਆ, ਫਿਰ ਦਲ ਖਾਲਸਾ ਵਾਲੇ ਜਿਹੜੇ ਬਲਦੇਵ ਸਿੰਘ ਸਰਸਾ ਜੀ ਆ, ਉਹ ਸਾਰੇ ਹੀ ਆ। ਇਹਨਾਂ ਨੇ 4 ਲੱਖ ਦੀਵਾ ਉਹ ਅਯੋਧਿਆ ਵਾਲਿਆਂ ਨੇ ਬਾਲੇ ਸੀ ਕਿ ਤੁਹਾਨੂੰ ਯਾਦ ਹੋਣਾ 80 ਲੱਖ ਦੀਵਾ, ਤਾਂ ਸਾਰੇ ਮੁਲਕ ਨੇ ਇਤਰਾਜ਼ ਜਤਾਇਆ ਸੀਗਾ। ਤਾਂ ਉਹ ਇੱਕ ਵਾਰੀ ਤੇ ਜਿਹੜਾ ਯੋਗੀ ਆਦਿੱਤਿਆ ਨਾਥ ਆ ਉਹਨੇ ਸੀਤਾ ਰਾਮ ਤੇ ਲਕਸ਼ਮਣ ਦੇ ਉੱਤੇ ਹੈਲੀਕਾਪਟਰ ਲਿਆ ਕੇ ਫੁੱਲਾਂ ਦੀ ਵਰਖਾ ਵੀ ਕਰਾਈ, ਉਦੋਂ ਵੀ ਲੋਕਾਂ ਨੇ ਇਤਰਾਜ਼ ਜਤਾਇਆ। ਤਾਂ ਇਹ ਜਿਹੜਾ ਸਾਰਾ ਕੁਛ ਚੱਲਦਾ ਪਿਆ, ਇਸ ਸਮੇਂ 4 ਲੱਖ ਦੀਵੇ ਬਾਲਣ ਦੀ ਜਿਹੜੀ ਇਹਨਾਂ ਨੇ ਯਤਨਸ਼ੀਲਤਾ ਆਰੰਭੀ ਹੋਈ ਆ, ਤਾਂ ਉਹਦਾ ਵਿਰੋਧ ਵੀ ਹੋ ਰਿਹਾ ਕਿ ਇੱਕ ਪਾਸੇ ਕਮੇਟੀ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਉਹ ਦਿੱਲੀ ਦੀ ਕਮੇਟੀ ਹੋਵੇ, ਇਹ ਕਹਿੰਦੇ ਆ ਕਿ ਅਸੀਂ ਵਾਤਾਵਰਨ ਵੱਲ ਜ਼ਿਆਦਾ ਧਿਆਨ ਦੇਵਾਂਗੇ, ਅਸੀਂ ਵਾਤਾਵਰਨ ਨੂੰ ਸਾਫ਼ ਸ਼ੁੱਧ ਰੱਖਣ ਲਈ ਕੰਮ ਕਰ ਰਹੇ ਹਾਂ। ਤਾਂ ਦੂਸਰੇ ਪਾਸੇ ਇਸ ਤਰ੍ਹਾਂ ਇੱਕੋ ਵੇਲੇ 4 ਲੱਖ ਦੀਵਾ ਬਲਣਾ, ਔਰ ਲੋਕ ਇਹ ਕਹਿੰਦੇ ਆ ਕਿ ਸਾਨੂੰ ਗਿਆਨ ਦਾ ਦੀਵਾ ਬਲਣਾ ਚਾਹੀਦਾ, ਇਸ ਤਰ੍ਹਾਂ ਦਾ ਦੀਵਾ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਖੁਦ ਇੱਕ ਚਾਨਣ ਮੁਨਾਰਾ ਹੈ, ਉਹਨਾਂ ਨੂੰ ਰੋਸ਼ਨੀ ਦਿਖਾਉਣ ਦਾ ਕੋਈ ਮੰਤਵ ਨਹੀਂ ਹੈ। ਤਾਂ ਤੁਸੀਂ ਜੇ ਦੀਵਾ ਬਾਲਣਾ ਤੇ ਆਪਣੇ ਹਿਰਦੇ ਚ ਗਿਆਨ ਦਾ ਦੀਵਾ ਬਾਲੋ। ਪਰ ਉਧਰਲੇ ਪਾਸੇ ਤੁਹਾਨੂੰ ਪਤਾ ਕਿ ਧਿਆਨ ਅੱਜ ਕੱਲ ਘੱਟ ਹੀ ਹੈ ਜਨਤਾ ਦਾ। ਖੈਰ, ਲੋਕ ਬਹੁਤ ਜ਼ਿਆਦਾ ਇਹਦਾ ਵਿਰੋਧ ਕਰਦੇ ਪਏ ਆ, ਔਰ ਇਸ ਵਿਰੋਧ ਦਾ ਅਸਰ ਵੀ ਵੇਖਣ ਨੂੰ ਮਿਲਦਾ ਪਿਆ, ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਹੁਣੇ ਹੁਣੇ ਇੱਕ ਬਿਆਨ ਮੈਨੂੰ ਦਿਸਿਆ ਹਿੰਦੁਸਤਾਨ ਟਾਈਮਸ ਦੀ ਨਿਊਜ਼ ਪੋਰਟਲ ਤੇ, ਪਿਆ ਸੀਗਾ। ਉਹ ਕਹਿੰਦੇ ਆ ਕਿ ਸੰਗਤ ਦੁਆਰਾ ਉਠਾਏ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਗਵੰਤ ਸਿੰਘ ਸਿਆਲਕੇ, ਸੁਰਜੀਤ ਸਿੰਘ ਭਿੱਟੇਵਨ ਅਤੇ ਹੋਰਨਾਂ ਦੀ ਅਗਵਾਈ ਹੇਠ
ਇੱਕ ਉਪ ਕਮੇਟੀ ਇਸ ਫੈਸਲੇ ਦੀ ਸਮੀਖਿਆ ਕਰੇ। ਜਦੋਂ ਇਹਨਾਂ ਦਾ ਕੋਈ ਕੰਮ ਖਰਾਬ ਹੋ ਜਾਂਦਾ ਉਦੋਂ ਉਪ ਕਮੇਟੀ ਬਣ ਜਾਂਦੀ। ਸੋ ਹੁਣ ਉਪ ਕਮੇਟੀ ਬਣਾ ਦਿੱਤੀ ਆ, ਦੇਖਦੇ ਹਾਂ ਕਿ ਕੀ ਗੋਲ ਖੇਡਦੇ ਆ ਜੀ। ਜੀ, ਅਗਲੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੂੰ ਟੱਕਰ ਦੇਣ ਲਈ ਖਹਿਰਾ ਅੰਮ੍ਰਿਤ ਪਾਨ ਕਰਨਗੇ, ਇਹ ਸਵਾਲ ਉੱਠ ਰਹੇ ਨੇ ਹੁਣ। ਦੇਖੋ ਨਹੀਂ, ਉਹਨਾਂ ਨੇ ਸਾਫ ਕਰ ਦਿੱਤਾ ਇੱਕ ਇੰਟਰਵਿਊ ਦੇ ਵਿੱਚ, ਉਹ ਕਹਿੰਦੇ ਆ ਕਿ ਇਹ ਫੈਸਲੇ ਆ ਜਿਹੜੇ ਉਹ ਧਰਮ ਤੋਂ ਪ੍ਰੇਰਿਤ ਹੋਣੇ ਚਾਹੀਦੇ, ਨਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਣੇ ਚਾਹੀਦੇ। ਮਤਲਬ ਉਹਨਾਂ ਦਾ ਕਹਿਣਾ ਸੀਗਾ ਕਿ ਜੇ ਤੁਹਾਡਾ ਮਨ ਬਣਦਾ, ਉਹ ਕਹਿੰਦੇ ਆ ਕਿ ਰਾਜਨੀਤੀ ਤੋਂ ਪ੍ਰੇਰਿਤ ਨਹੀਂ, ਕਿਉਂਕਿ ਅਕਾਲੀਆਂ ਨੇ ਸਿੱਧੇ ਸਵਾਲ ਚੁੱਕੇ ਸੀਗੇ ਕਿ ਪੰਥ ਦੀ ਰਾਜਨੀਤੀ ਬਾਅਦ ਚ ਕਰਨੀ, ਪਹਿਲਾਂ ਦਾੜੀ ਰੰਗਣੀ ਬੰਦ ਕਰ। ਤੇ ਬਾਅਦ ਦੇ ਵਿੱਚ ਥੋੜੀ ਜਿਹੀ ਦਾੜੀ ਵਧੀ ਵੀ ਨਜ਼ਰ ਆਈ ਸੀਗੀ ਸੁਖਪਾਲ ਖਹਿਰੇ ਦੀ, ਬਰਗਾੜੀ ਵਾਲੀ ਵੀਡੀਓ ਦੇਖਿਓ ਧਿਆਨ ਦੇ ਨਾਲ। ਤੇ ਉਸ ਤੋਂ ਬਾਅਦ ਬਾਅਦ ਚਿੱਟੇ ਵੀ ਝਲਕਣੇ ਸ਼ੁਰੂ ਹੋ ਗਏ ਸੀਗੇ, ਓਦਾਂ ਤੇ ਵਸਮਾ ਲਾਲਚ ਚਿੱਟਾ ਦਿਸਣ ਹੀ ਨਹੀਂ ਦਿੰਦਾ। ਲੋਕ ਇਹ ਚਾਫਾ ਲਾਉਂਦੇ ਪਏ ਸੀਗੇ ਕਿ ਸ਼ਾਇਦ ਹੁਣ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਅੰਮ੍ਰਿਤਪਾਨ ਕਰ ਲੂਗਾ ਤੇ ਪੂਰਨ ਗੁਰਸਿੱਖ ਬਣ ਕੇ ਫਿਰ ਅਕਾਲੀਆਂ ਦੇ ਨਾਲ ਟੱਕਰ ਲਊਗਾ, ਪਰ ਉਹਨੇ ਸਾਫ਼ ਇੱਕ ਆਪਾਂ ਕਹਿ ਲਈਏ ਕਿ ਸੰਦੇਸ਼ ਦੇ ਦਿੱਤਾ ਕਿ ਐਸੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਸੀਗੀ ਉਹ ਕੋੜਾ ਕਿਆਪਾ ਸੀ, ਇਸ ਤੋਂ ਵੱਧ ਕੇ ਕੁਛ ਨੀ। ਸੁਖਪਾਲ ਸਿੰਘ ਖਹਿਰਾ ਜਿਵੇਂ ਦਾ ਹੈ ਉਵੇਂ ਦਾ ਰਹਿ ਕੇ ਰਾਜਨੀਤੀ ਕਰੂ, ਪਰ ਰਾਜਨੀਤੀ ਸਿੱਖ ਮੁੱਦਿਆਂ ਦੀ ਕਰੂ, ਇਹ ਗਰੰਟੀ ਜ਼ਰੂਰੀ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ, ਬਰਗਾੜੀ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੀ ਕੈਪਟਨ ਨੂੰ ਚੇਤਾਵਨੀ। ਦੇਖੋ ਕੈਬਨਿਟ ਦੀ ਮੀਟਿੰਗ ਹੋਈ ਆ, ਤੁਹਾਨੂੰ ਪਤਾ ਹੀ ਆ ਕਿ ਕੱਲ ਕੈਬਨਿਟ ਦੇ ਵਿੱਚ ਦੋ ਤਿੰਨ ਫੈਸਲੇ ਜਿਹੜੇ ਕਾਫੀ ਵੱਡੇ ਹੋਏ ਸੀਗੇ, ਤਾਂ ਉਸ ਤੋਂ ਬਾਅਦ ਹੁਣ ਚਰਚੇ ਹੁਣ ਸ਼ੁਰੂ ਹੋਏ ਆ। ਤੇ ਉਸ ਮੀਟਿੰਗ ਦੇ ਵਿੱਚ ਇੱਕ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਦੂਸਰੇ ਚਰਨਜੀਤ ਸਿੰਘ ਚੰਨੀ, ਇਹਨਾਂ ਨੇ ਕਾਫੀ ਤਿੱਖੇ ਸਵਾਲ ਕੀਤੇ ਬਰਗਾੜੀ ਮੋਰਚੇ ਨੂੰ ਲੈ ਕੇ। ਉਹ ਕਹਿੰਦੇ ਆ ਕਿ ਰੋਹ ਹੈ ਜਿਹੜਾ ਲੋਕਾਂ ਦਾ ਉਹ ਹੁਣ ਕਾਂਗਰਸ ਦੇ ਵੀ ਖਿਲਾਫ਼ ਹੋ ਰਿਹਾ, ਤੇ ਜੇ ਕਾਰਵਾਈ ਨਾ ਕੀਤੀ ਗਈ ਜਿੱਦਾਂ ਕਿ ਆਪਾਂ ਵਚਨ ਦਿੱਤੇ ਸੀਗੇ ਲੋਕਾਂ ਨੂੰ, ਤਾਂ ਫਿਰ ਕਾਂਗਰਸ ਨੂੰ ਵੀ ਨਤੀਜੇ ਭੁਗਤਣੇ ਪੈ ਸਕਦੇ ਇਸ ਮਾਮਲੇ ਦੇ ਮੁਤਲਕ। ਤਾਂ ਉਹਨਾਂ ਨੇ ਸਾਫ਼ ਸਾਫ਼ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ। ਦੱਸਦੇ ਆ ਕਿ ਕੈਪਟਨ ਨੇ ਵੀ ਦੋ ਟੁੱਕ ਜਵਾਬ ਦਿੱਤਾ, ਹਾਲਾਂਕਿ ਆਫ ਦੀ ਰਿਕਾਰਡ ਇਹ ਗੱਲਾਂ ਹੁੰਦੀਆਂ ਕਿ ਭਾਈ ਮੈਂ ਕਿਸੇ ਨੂੰ ਐਂ ਫੜ ਕੇ ਕੱਲੋਂ ਅੰਦਰ ਨਹੀਂ ਸੁੱਟ ਸਕਦਾ, SIT ਬਣਾਈ ਆ, ਉਹ ਸਾਰਾ ਕੁਛ ਕਰੂਗੀ, ਉਹ ਹੀ ਫੈਸਲਾ ਲਊਗੀ ਕਿ ਕੌਣ ਦੋਸ਼ੀ ਆ ਕੌਣ ਨਿਰਦੋਸ਼ ਆ। ਤਾਂ ਇਹ ਸਾਰੀਆਂ ਗੱਲਾਂ ਬਾਤਾਂ ਉੱਥੋਂ ਨਿਕਲ ਕੇ ਆਈਆਂ। ਪਰ ਇੱਕ ਗੱਲਬਾਤ ਹੋਰ ਵੀ ਮੈਂ ਸੁਣੀ ਆ, ਜਿਹੜੀ ਕਿ ਸੋਰਸਸ ਦੱਸਦੇ ਆ, ਸੂਤਰ ਦੱਸਦੇ ਆ ਕਿ ਅਸਲ ਦੇ ਵਿੱਚ ਕੁਛ ਕਾਂਗਰਸੀ ਆ ਜਿਹੜੇ ਉਹ ਹਾਈ ਕਮਾਂਡ ਤੱਕ ਇਹ ਵਿਚਾਰ ਆਪਣਾ ਰੱਖ ਚੁੱਕੇ ਆ ਕਿ ਠੀਕ ਆ ਅਸੀਂ ਵਿਧਾਇਕ ਹੋਈਏ ਚਾਹੇ ਮੰਤਰੀ ਹੋਈਏ ਇੱਕ ਵੱਖਰੀ ਗੱਲ ਆ, ਪਰ ਅਸੀਂ ਸਿੱਖ ਵੀ ਆ, ਇਹ ਸੱਚ ਆ। ਤਾਂ ਕਿਸੇ ਵੀ ਸਿੱਖ ਨੂੰ SGPC ਚੋਣ ਲੜਨ ਦਾ ਅਧਿਕਾਰ ਆ ਤੇ ਅਸੀਂ ਇਹ SGPC ਚੋਣ ਲੜਾ। ਤਾਂ ਇਹ ਮੁੱਦਾ ਜਿਹੜਾ ਹਾਈਕਮਾਂਡ ਤੱਕ ਪਹੁੰਚਿਆ ਪਿਆ ਕਿ ਕੁਛ ਕਾਂਗਰਸੀ ਮੰਤਰੀ, ਜੇ ਮੰਤਰੀਆਂ ਦੀ ਗੱਲ ਆਈ ਆ, ਸੁਖਜਿੰਦਰ ਸਿੰਘ ਰੰਧਾਵਾ ਫਿਰ ਤੁਹਾਨੂੰ ਪਤਾ ਹੀ ਹੈ ਟੌਪ ਤੇ ਬੈਠਾ, ਕਿਉਂ ਕਿਉਂਕਿ ਭਰੀ ਅਸੈਂਬਲੀ ਦੇ ਵਿੱਚ ਨਵਜੋਤ ਸਿੱਧੂ ਨੇ ਆਖਿਆ ਸੀਗਾ ਕਿ ਤੁਸੀਂ ਅੱਗੇ ਲੱਗੋ ਸੁਖਜਿੰਦਰ ਸਿੰਘ ਰੰਧਾਵਾ ਜੀ, SGPC ਕਮੇਟੀ ਅਸੀਂ ਤੁਹਾਡੇ ਪਿੱਛੇ ਆ। ਤਾਂ ਸੁਖਜਿੰਦਰ ਸਿੰਘ ਰੰਧਾਵਾ ਸ਼ਾਇਦ ਇਸੇ ਕਰਕੇ ਬੋਲਿਆ ਕਿਉਂਕਿ ਇਹਨਾਂ ਨੂੰ ਝਾਕਿਆ। ਸੋ ਇਹ ਇੱਕ ਬਹੁਤ ਵੱਡੀ ਸੂਚਨਾ ਅੰਦਰ ਖਾਤੇ ਜਿਹੜੀ ਨਿਕਲਦੀ ਪਈ ਆ ਕਿ ਕੁਛ ਕਾਂਗਰਸੀ ਮੰਤਰੀ ਜਾਂ ਵਿਧਾਇਕ ਆ ਜਿਹੜੇ ਉਹ ਪੂਰੀ ਤਿਆਰੀ ਵਿਢੀ ਵਲਟੇ, ਹਾਲਾਂਕਿ ਕੈਪਟਨ ਨੇ ਪਹਿਲਾਂ ਇਹੀ ਕਲੀਅਰ ਕਰ ਦਿੱਤਾ ਸੀਗਾ ਕਿ ਅਸੀਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਾਂਗੇ, ਉਹਨਾਂ ਨੇ ਕਲੀਅਰ ਕੀਤਾ ਹੋਇਆ। ਪਰ ਬਾਵਜੂਦ ਇਸਦੇ ਕੁਛ ਲੋਕ ਕਾਂਗਰਸ ਦੇ ਜਿਹੜੇ ਉਹ ਇੰਟਰਸਟਡ ਆ ਕਿ ਅਸੀਂ ਇਹ ਚੋਣ ਜਿਹੜੀ ਆ ਉਹ ਲੜਨੀ ਹੈ। ਸੋ ਇਹ ਵੱਡੀ ਅਪਡੇਟ ਆ, ਜੇ ਆਪਾਂ ਸੂਤਰਾਂ ਦੀ ਗੱਲ ਤੇ ਯਕੀਨ ਕਰੀਏ ਜਾਂ ਉਹ ਗੱਲ ਸੱਚੀ ਹੋਵੇ ਤਾਂ। ਜੀ ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਮੁਕਤਸਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ। ਦੇਖੋ ਉੱਥੇ ਪਿੰਡ ਆ ਲਾਗੇ ਖਿੜਕੀਆਂ ਵਾਲਾ ਇੱਕ ਪਿੰਡ ਆ, ਉੱਥੇ ਅੱਜ ਸਵੇਰੇ ਪਿੰਡ ਦੇ ਬਾਹਰ ਫਿਰਨੀ ਨੇੜੇ ਸੇਮ ਨਾਲਾ, ਸਾਡੇ ਇੱਧਰ ਕਿਉਂਕਿ ਸੇਮ ਦਾ ਏਰੀਆ, ਉੱਥੇ ਸੇਮ ਨਾਲੇ ਕੱਢੇ ਹੋਏ ਆ ਜਿਹਨਾਂ ਦੇ ਵਿੱਚੋਂ ਪਾਣੀ ਆ ਜਿਹੜਾ ਉਹ ਨਿਕਾਸ ਕਰਕੇ ਅੱਗੇ ਲਿਜਾਇਆ ਜਾਂਦਾ, ਖੜਿਆ ਜਾਂਦਾ। ਤਾਂ ਉੱਥੇ ਸੇਮ ਨਾਲੇ ਦੇ ਕੋਲ ਲੋਕਾਂ ਵੱਲੋਂ ਸੁਖਮਨੀ ਸਾਹਿਬ ਦੇ ਅੰਗ ਖਿਲਰੇ ਹੋਏ ਦੇਖੇ ਗਏ। ਇਹਦੀ ਸੂਚਨਾ ਜਿਹੜੀ ਉਹ ਫਿਰ ਤੁਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਕਤਸਰ ਪੁਲਿਸ ਨੂੰ ਦਿੱਤੀ ਗਈ ਆ। ਸੁਖਮਨੀ ਸਾਹਿਬ ਦਾ ਜਿਹੜਾ ਗੁਟਕਾ ਹੁੰਦਾ ਉਸ ਗੁਟਕੇ ਦੀ ਬੇਹੁਰਮਤੀ ਕੀਤੀ ਗਈ, ਬੇਅਦਬੀ ਕੀਤੀ ਗਈ। ਔਰ ਉੱਥੇ ਮੈਂ ਇੱਕ ਅਫਸਰ ਜਿਹੜੀ ਕਿ ਬੀਬੀ ਸੀ ਉਹਦੀ ਇੱਕ ਬਾਈਟ ਵੀ ਦੇਖਦਾ ਪਿਆ ਤਾਂ ਉਹ ਆਈ, ਉਹ ਕਹਿੰਦੀ ਜੀ ਨੇੜੇ ਸ਼ਮਸ਼ਾਨ ਘਾਟ ਆ, ਮੈਨੂੰ ਤੇ ਟੂਣੇ ਟਪੱਲੇ ਦਾ ਮਾਮਲਾ ਦਿੱਤਾ। ਯਾਨੀ ਹੁਣ ਕਮਾਲ ਦੀ ਗੱਲ ਆ ਕਿ ਟੂਣਾ ਟਪੱਲਾ ਜਿਹੜਾ ਉਹ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਕੀਤਾ ਜਾਇਆ ਕਰੂਗਾ, ਤੇ ਉਹ ਬੇਅਦਬੀ ਮੰਨ ਹੀ ਨਹੀਂ ਰਹੀ।
ਕਹਿੰਦੀ ਬੇਅਦਬੀ ਦਾ ਮਾਮਲਾ ਨਹੀਂ, ਇਹ ਤਾਂ ਟੂਣੇ ਦਾ ਮਾਮਲਾ ਲੱਗਦਾ। ਤੇ ਉਹਨੂੰ ਬੇਅਦਬੀ ਹੋਈ ਨਹੀਂ ਦਿਸਦੀ, ਔਰ ਇਹ ਬੇਅਦਬੀ ਕਈਆਂ ਨੂੰ ਨੀ ਦਿਸਦੀ ਪਈ। ਅਕਾਲੀ ਭਾਜਪਾ ਰਾਜ ਦੇ ਵਿੱਚ ਕੋਈ ਵੀ ਘਟਨਾ ਜਿਹੜੀ ਹੁੰਦੀ ਸੀ ਬੇਹਰਮਤੀ ਦੀ, ਉਹ ਬਹੁਤ ਤੀਬਰਤਾ ਦੇ ਨਾਲ ਵਿਰੋਧਤਾ ਦਾ ਪਾਤਰ ਬਣ ਜਾਂਦੀ ਸੀ। ਤਾਂ ਐਤਕੀ ਚਲੋ ਫੇਸਬੁੱਕੀ ਮਿੱਤਰ ਤਾਂ ਉਹ ਦੁਸਹਿਰੇ ਚ ਬਿਜ਼ੀ ਸੀ ਕਿ ਰਾਵਣ ਫੂਕਣਾ ਸੀ, ਕਿਸੇ ਨੇ ਰੋਕਣਾ ਸੀਗਾ ਤਾਂ ਕਿਸੇ ਨੇ ਫੂਕਣਾ ਸੀਗਾ, ਪਰ ਜਿਹੜਾ ਜਥੇਬੰਧਕ ਵਿਰੋਧ ਆ ਉਹ ਵੀ ਨੀ ਦੇਖ ਰਿਹਾ। ਹਾਲਾਂਕਿ ਕੈਪਟਨ ਦੇ ਰਾਜ ਦੇ ਵਿੱਚ ਜਿਹੜੀ ਕੈਪਟਨ ਸਰਕਾਰ ਇਹ ਕਹਿ ਕੇ ਆਈ ਸੀਗੀ ਕਿ ਅਸੀਂ ਦੋਸ਼ੀਆਂ ਨੂੰ ਅੰਦਰ ਸੁੱਟਾਂਗੇ, ਉਹ ਕੈਪਟਨ ਸਰਕਾਰ ਖੁਦ ਪ੍ਰਸ਼ਾਸਕੀ ਤੌਰ ਤੇ ਆਪ ਦੋਸ਼ੀ ਬਣਦੀ ਪਈ ਆ ਬਹੁਤ ਸਾਰੀਆਂ ਘਟਨਾਵਾਂ ਦੀ। ਤਾਂ ਉਹਦਾ ਵਿਰੋਧ ਕਰਨ ਲਈ ਜਿਹੜਾ ਜਥੇਬੰਧਕ ਵਿਰੋਧ ਆਪਾਂ ਨੂੰ ਦਿਸਣਾ ਚਾਹੀਦਾ ਸੀ, ਔਰ ਜਿਹੜਾ ਅਕਾਲੀ ਰਾਜ ਵੇਲੇ ਦਿਸਦਾ ਸੀਗਾ ਉਹ ਐਤਕੀ ਦਿਖਾਈ ਨਹੀਂ ਦਿੰਦਾ। ਤਾਂ ਇਹ ਇੱਕ ਐਸਾ ਮੁੱਦਾ, ਹੁਣ ਦੇਖੋ ਕਿਸ ਮੌਕੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜਦੋਂ ਰਾਜਨੀਤੀ ਉਲਝੀ ਪਈ ਆ, ਕਾਂਗਰਸ ਵੱਲੋਂ ਵੀ ਅਕਾਲੀਆਂ ਵੱਲੋਂ ਵੀ, ਤਾਂ ਇਹ ਕੁਛ ਵੀ ਹੋ ਸਕਦਾ, ਕਿਸੇ ਦੀ ਵੀ ਸਾਜਿਸ਼ ਹੋ ਸਕਦੀ। ਇਹ ਨੀ ਅਸੀਂ ਕਹਿ ਸਕਦੇ ਕਿ ਟੂਣਾ ਹੋਇਆ ਜਾਂ ਕਿਸੇ ਬੰਦੇ ਨੇ ਜੀ ਇਹ ਇਹਦਾ ਬਸ ਇਦਾਂ ਤੁਰੇ ਜਾਂਦੇ ਨਹੀਂ ਕਰ ਦਿੱਤਾ, ਤਾਂ ਇਹ ਕੋਈ ਸਾਜਿਸ਼ ਵੀ ਹੋ ਸਕਦੀ ਆ। ਤਾਂ ਇਹੋ ਜਿਹੇ ਮੌਕਿਆਂ ਤੇ ਸਾਜਿਸ਼ੀ ਹੋਵੇ ਚਾਹੇ ਕੋਈ ਦੋਸ਼ੀ ਹੋਵੇ ਉਹਨੂੰ ਫੜਨਾ ਲਾਜ਼ਮੀ ਆ, ਪਰ ਸਭ ਤੋਂ ਵੱਡੀ ਗੱਲ ਆ ਕਿ ਜਿਹਨਾਂ ਨੇ ਫੜਨਾ ਉਹਨਾਂ ਤੇ ਦਬਾਅ ਬਣਨਾ ਚਾਹੀਦਾ। ਤਾਂ ਇਹਨਾਂ ਘਟਨਾਵਾਂ ਨੂੰ ਜਿਸ ਤਰੀਕੇ ਨਾਲ ਲਾਈਟਲੀ ਲਿਆ ਜਾ ਰਿਹਾ, ਤਾਂ ਅੱਗੇ ਚੱਲ ਕੇ ਇਹ ਘਟਨਾਵਾਂ ਜਿਹੜੀਆਂ ਵੱਧ ਵੀ ਸਕਦੀਆਂ। ਸੋ ਲੋਕਾਂ ਨੂੰ ਉਹੋ ਜਿਹਾ ਹੀ ਦਬਾਅ ਬਣਾਉਣਾ ਚਾਹੀਦਾ ਜਿਹੋ ਜਿਹਾ ਦਬਾਅ ਪਿਛਲੀ ਸਰਕਾਰ ਤੇ ਬਣਿਆ ਸੀ, ਔਰ ਐਸਾ ਦਬਾਅ ਬਣਿਆ ਸੀ ਕਿ ਬਾਅਦ ਦੇ ਵਿੱਚ ਉਹ ਸਰਕਾਰ ਸਾਬਕਾ ਹੋ ਗਈ, ਪਰ ਉਹਨਾਂ ਦਾ ਖਹਿੜਾ ਹਾਲੇ ਵੀ ਨਹੀਂ ਛੁੱਟ ਰਿਹਾ ਉਹਨਾਂ ਘਟਨਾਵਾਂ। ਜੀ 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 ਜਾਂਦੇ ਜਿਹੜੇ ਮਿੰਟੂ ਜੀ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਆਪਾਂ ਖਬਰ ਕਰਦੇ ਜਾਂਦੇ ਹਾਂ, ਅਤੇ ਉਸ ਤੋਂ ਬਾਅਦ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਦੱਸ ਦਿੰਦੇ ਹਾਂ ਵੀ ਜੇ ਤੁਸੀਂ ਵੀ ਸਰੋਤੇ ਹੋ ਕਾਲ ਕਰਕੇ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਇਸ ਤੋਂ ਬਾਅਦ ਫੋਨ ਲਾਈਨਜ਼ ਓਪਨ ਨੇ 408-272-5252 ਦੇ ਉੱਤੇ ਤੁਸੀਂ ਕਾਲ ਕਰ ਸਕੋਗੇ। ਕ੍ਰਿਕਟਰ ਹਰਭਜਨ ਸਿੰਘ ਦੀ ਕੋਠੀ ਨੂੰ ਕਿਸੇ ਨੇ ਤਾਲਾ ਜੜਿਆ, ਇਹਦੀ ਕੋਠੀ ਹੈ ਚੰਡੀਗੜ੍ਹ ਦੇ ਵਿੱਚ, ਦੱਸਦੇ ਮਾਲੀ ਉਹਦੀ ਦੇਖਭਾਲ ਕਰਦਾ ਸੀਗਾ, ਉਹ ਮਾਲੀ ਚਲੇ ਗਿਆ ਕਿਤੇ, ਇੱਕ ਤਾਲਾ ਲਾ ਕੇ ਜਦੋਂ ਆਇਆ ਤੇ ਦੋ ਲੱਗੇ ਪਏ ਸੀ, ਕਹਿੰਦਾ ਇੱਕ ਤੇ ਇੱਕ 11 ਕਿੱਦਾਂ ਹੋ ਗਏ ਨੇ। ਨਾਲ ਦੀ ਨਾਲ ਹਰਭਜਨ ਸਿੰਘ ਨੂੰ ਕਿਹਾ ਕਿ ਗੁਗਲੀ ਵੱਜ ਗਈ ਆ ਮਿੱਤਰਾ, ਬਚਾ ਕਰ ਕਿਸੇ ਧੀਕੇ ਨਾਲ। ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਘੱਲਿਆ ਕਿ ਜਾ ਕੇ ਵੇਖੋ ਕੀ ਭਾਣਾ ਵਰਤਿਆ, ਫਿਰ ਉਹਨਾਂ ਨੇ ਨਾਲ ਦੀ ਨਾਲ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਭੇਜੀ ਕਿ ਆਹ ਮਸਲਾ ਹੋ ਗਿਆ। ਤਾਂ ਪੁਲਿਸ ਨੇ ਆ ਕੇ ਦੱਸ ਦਿਓ ਕਿ ਜਿੰਦਰਾ ਫਲਾਇਆ, ਹੁਣ ਉਹ ਜਿੰਦਰਾ ਕਿਹਨੇ ਲਾਇਆ, ਇਸ ਗੱਲ ਦੀ ਜਾਂਚ ਪੜਤਾਲ ਚੱਲੀ ਜਾਂਦੀ ਹੈ, ਤਫਤੀਸ਼ ਹੋਈ ਜਾਂਦੀ ਆ, ਸੀਸੀਟੀਵੀ ਕੈਮਰੇ ਆ ਜਿਹੜੇ ਲਾਗੇ ਪਾਸੇ ਉਹ ਖੰਗਾਲੇ ਜਾ ਰਹੇ ਆ, ਦੇਖਿਆ ਜਾਵੇ ਕਿ ਇਹ ਜਿੰਦਰਾ ਆਖਿਰ ਠੋਕਿਆ ਤੇ ਠੋਕਿਆ ਕਿ ਨਹੀਂ। ਪਰ ਇਹ ਖੁਸ਼ਕਿਸਮਤੀ ਕਹਿ ਸਕਦੇ ਆ ਹਰਭਜਨ ਮਾਨ ਦੀ, ਕਿ ਹਰਭਜਨ ਮਾਨ ਖੁੱਲਾ ਹਰਭਜਨ ਭੱਜੀ ਨਹੀਂ, ਉਹ ਨਾਲ ਕ੍ਰਿਕਟਰ ਰਿਹਾ ਨਾਲ ਡੀਐਸਪੀ ਆ। ਜੇ ਕਿਤੇ ਇਕੱਲਾ ਹਰਭਜਨ ਸਿੰਘ ਹੁੰਦਾ ਤੇ ਜਾਂ ਐਨਆਰਆਈ ਹਰਭਜਨ ਸਿੰਘ ਹੁੰਦਾ ਤੇ ਕਿਸੇ ਨੇ ਗੱਲ ਨਹੀਂ ਸੀ ਸੁਣੀ। ਫਿਰ ਮਾਲਕ ਨੂੰ ਪੁਲਿਸ ਕਹਿੰਦੀ ਹੈ ਕਿ ਪਹਿਲਾਂ ਤੂੰ ਸਾਬਤ ਕਰਕੇ ਤੂੰ ਮਾਲਕ ਕਿੱਦਾਂ ਹੋਇਆ, ਸ਼ਿਕਾਇਤਕਰਤਾ ਨੂੰ ਇਹ ਕਿਹਾ ਜਾਂਦਾ, ਨਾ ਕਿ ਕਬਜ਼ਾ ਧਾਰਕ ਨੂੰ ਪੁੱਛਿਆ ਜਾਂਦਾ ਕਿ ਤੂੰ ਭਾਈ ਇੱਥੇ ਕਿੱਦਾਂ ਹੋਇਆ। ਉਹ ਐਨਆਰਆਈ ਬਾਰੇ ਤੇ ਇਹ ਵੀ ਮਸ਼ਹੂਰ ਹੈ ਨਾ, ਕਿਸੇ ਨੇ ਆ ਕੇ ਪੁੱਛਿਆ ਯਾਰ ਮੇਰਾ ਇੱਥੇ ਪਲਾਟ ਸੀ, ਉਹ ਕਹਿੰਦਾ ਯਾਰ ਇੱਥੇ ਵੇਖ ਲਾ ਆਸੇ ਪਾਸੇ ਹੋਣਾ ਜਾਂ ਮੇਰੀ ਕੋਠੀ ਥੱਲੇ ਦੱਬ ਗਿਆ ਹੋਊਗਾ। ਸ਼ਾਇਦ ਜੇ ਹਰਭਜਨ ਸਿੰਘ ਕੱਲਾ ਹਰਭਜਨ ਸਿੰਘ ਜੇ ਭੱਜੀ ਹੁੰਦਾ ਤੇ ਇਹਨੂੰ ਵੀ ਕਿਸੇ ਨੇ ਕਹਿਣਾ ਸੀਗਾ ਤੇਰੀ ਕੋਠੀ ਹੈ ਜਿਹੜੀ ਉਹ ਮੇਰੀ 4 ਮੰਜ਼ਿਲਾ ਇਮਾਰਤ ਥੱਲੇ ਦੱਬ ਗਈ ਆ ਹਰਭਜਨ ਸਿੰਘ ਭਾਣਾ ਮਾਨਾ। ਜੀ ਜੀ ਬਿਲਕੁਲ, ਅਫਸੋਸ ਵਾਲੀ ਗੱਲ, ਇੱਦਾਂ ਦੀਆਂ ਹਰਕਤਾਂ, ਇੱਦਾਂ ਦੀਆਂ ਗੱਲਾਂ ਵਾਰ ਵਾਰ ਹੋਈ ਜਾ ਰਹੀਆਂ। ਅਤੇ ਮਿੰਟੂ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਸਰੋਤਿਓ, ਜੇਕਰ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਮਿੰਟੂ ਜੀ ਨੂੰ ਪੰਜਾਬ ਜਾਂ ਭਾਰਤ ਦੀ ਸਿਆਸਤ ਨੂੰ ਲੈ ਕੇ, ਤਾਂ ਕਾਲ ਕਰਿਓ ਨੰਬਰ 408-272-5252 ਦੇ ਉੱਤੇ, ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫੌਤ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ, ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੁਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 9163061665, 9016-306-1665, ਮਨਜ਼ੂਰ ਲਾ ਫਰਮ।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਸ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਛ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਸ, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50-70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 530-415-5959, 530-415-5959, ਮੈਨੀ ਹੇਅਰ 530-300-7663, 530-300-7663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ। ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲਿਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 559-905-2575, 509-905-2575, ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੋਰਗੇਜ, 559-905-2575, 509-905-2575। ਪਲੈਟੀਨਮ ਹੋਮ ਮੋਰਗੇਜ ਕਾਰਪੋਰੇਸ਼ਨ ਇਜ਼ ਐਨ ਇਕੁਅਲ ਹਾਊਸਿੰਗ ਲੈਂਡਰ ਐਂਡ ਦ ਲੋਨ ਇਜ਼ ਸਬਜੈਕਟ ਟੂ ਕ੍ਰੈਡਿਟ ਅਪਰੂਵਲ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ, ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ, ਫਾਰਮਰਸ ਇੰਸ਼ੋਰੈਂਸ, 9162513039, 916-252-3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ, ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444, 916-478-4444, ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ, ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬੇਬੀ ਮਖਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਉਹਨਾਂ ਜੁੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਆਖਦੇ ਹਾਂ। ਸੋਤੋਂ ਇੱਕ ਵਾਰੀ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸ਼ੁਕਰੀਆ ਜੀ। ਜੀ ਤੇ ਆਪਾਂ ਵਾਰੀ ਵਾਰੀ ਸਰ ਆਪਣੇ ਸਰੋਤਿਆਂ ਨਾਲ ਗੱਲ ਕਰਦੇ ਹਾਂ। ਸਰੋਤਿਓ, ਜੇਕਰ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ ਹੈਗਾ 408-272-5200, 408-272-5200। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦੋਵਾਂ ਸੱਜਣਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਦੁਰਘਟਨਾ ਹੋਈ ਹੈ, ਬੜੀ ਮਾੜੀ ਦੁਰਘਟਨਾ ਹੋਈ ਹੈ, ਅਸੀਂ ਸਾਰੇ ਪਰਿਵਾਰਾਂ ਨਾਲ ਤਹਿ ਦਿਲ ਤੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋ ਕਹਿਣ ਨੂੰ ਬੇਸ਼ੱਕ ਦੀ ਹਾਦਸਾ ਹੈ, ਪਰ ਇੱਕ ਤਰ੍ਹਾਂ ਦਾ ਕਤਲ ਹੈ, ਲੋਕਾਂ ਦਾ ਕਤਲ ਕੀਤਾ ਗਿਆ, ਕਿਉਂਕਿ ਏਦਾਂ ਦੇ ਸਮਾਗਮ ਹਮੇਸ਼ਾ ਓਵਰ ਕਰਾਊਡਡ ਹੁੰਦੇ ਆ। ਇਹ ਤਾਂ ਹੈ ਨੀ ਤੁਸੀਂ 200-400 ਬੰਦੇ ਨੂੰ ਇਨਵੀਟੇਸ਼ਨ ਭੇਜਿਆ, ਤੁਸੀਂ ਉਨਾ ਕੁ ਪ੍ਰਬੰਧ ਕਰ ਲਿਆ, ਰਾਈਟ? ਸੋ ਕਿਤੇ ਨਾ ਕਿਤੇ ਪ੍ਰਬੰਧਕੀ ਪ੍ਰਸ਼ਾਸਕੀ ਘਾਟਾਂ ਦਾ ਜ਼ਰੂਰ ਰਹੀਆਂ ਨੇ,
ਮੇਰੇ ਹਿਸਾਬ ਨਾਲ ਤਾਂ ਸਰਕਾਰ ਨੂੰ ਵੀ ਪਾਰਟੀ ਬਣਾਉਣਾ ਚਾਹੀਦਾ ਜੇ ਇਹਨਾਂ ਤੇ ਕੇਸ ਕੀਤਾ ਜਾਵੇ। ਸੋ ਮੇਰਾ ਮੇਨ ਕੁਐਸਚਨ ਹੈਗਾ ਜੀ, ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਜਿਹੜੀ ਇਲੈਕਟਡ ਬਾਡੀ ਹੁੰਦੀ ਆ ਉਹਦੀ ਜਿੰਨੀ ਟਰਮ ਹੁੰਦੀ ਆ ਉਹ ਪੂਰੀ ਕਰਨ ਤੋਂ ਬਾਅਦ ਉਹਨੂੰ ਭੰਗ ਕਰਕੇ ਨਵੀਆਂ ਇਲੈਕਸ਼ਨ ਕਰਵਾਈਆਂ ਜਾਂਦੀਆਂ ਨੇ। ਵੱਧ ਵੱਧ 6 ਮਹੀਨੇ ਦੀ ਅਸੀਂ ਐਕਸਟੈਂਸ਼ਨ ਲੈ ਸਕਦੇ ਹਾਂ ਅਕੋਰਡਿੰਗ ਟੂ, ਜਦ ਤੱਕ ਮੈਨੂੰ ਨੌਲੇਜ ਆ ਕੰਸਟੀਟਿਊਸ਼ਨ ਦੇ ਮੁਤਾਬਕ 6 ਮਹੀਨੇ ਦੀ ਐਕਸਟੈਂਸ਼ਨ ਹੋ ਜਾਂਦੀ ਹੈ। ਸੋ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਡੀ ਇਲੈਕਟ ਹੋਈ ਹੈ ਉਹਨੂੰ ਕਿੰਨੇ ਚਿਰ ਹੋ ਗਿਆ, ਕਿਉਂ ਨੀ ਇਹਨੂੰ ਭੰਗ ਕਰਕੇ ਦੁਬਾਰਾ ਇਲੈਕਸ਼ਨ ਕਰਵਾਈਆਂ ਜਾਂਦੀਆਂ, ਕੀ ਕਿਤੇ ਸੈਂਟਰ ਦੇ ਵਿੱਚ ਭਾਜਪਾ ਤਾਂ ਨੀ ਹੋ ਰਹੀ, ਜਾਂ ਦੂਜੇ ਐਂਗਲ ਤੇ ਕੈਪਟਨ ਬਾਦਲਾਂ ਨਾਲ ਮਿਲਿਆ ਤਾਂ ਨੀ ਹੋ ਰਹੀ ਇਹ, ਕੱਟਿਓ ਨਾ ਜੀ ਪਲੀਜ਼। ਨਹੀਂ ਕੈਪਟਨ ਦਾ ਤੇ ਕੋਈ ਰੋਲ ਨੀ, ਪਰ ਜਿਹੜੀ ਤੁਸੀਂ ਆਪ ਪਹਿਲੀ ਗੱਲ ਕਹੀ ਹੈ ਨਾ ਇਹਦੇ ਚ ਵਜ਼ਨ ਆ, ਕਿਉਂਕਿ ਇਹ ਆਪਾਂ ਨੂੰ ਵੀ ਪਤਾ ਕਿ ਇਸ ਨਵੰਬਰ ਦੇ ਵਿੱਚ 2 ਸਾਲ ਵੱਧ ਹੋ ਜਾਣੇ, ਜਿੱਦਾਂ ਤੁਸੀਂ 6 ਮਹੀਨੇ ਕਿਹਾ ਤੇ ਇਹਦਾ ਮਤਲਬ ਹੈ ਕਿ 1.5 ਸਾਲ ਨਜਾਇਜ਼ ਹੀ ਗੱਲ ਥਾ। ਮਾਮਲਾ ਹਾਈਕੋਰਟ ਚ ਵੀ ਚਲੇ ਗਿਆ, ਉੱਥੇ ਇਹਨਾਂ ਨੇ ਕਹਿ ਦਿੱਤਾ ਜੀ ਕਿ ਸਾਡਾ ਚੋਣ ਕਮਿਸ਼ਨਰ ਹਾਲੇ ਉਹ ਨੀ ਹੈਗਾ, ਫਿਰ ਉਹਨਾਂ ਨੇ ਕਿਹਾ ਕਿ ਲਾਓ ਉਹ ਇਹਨਾਂ ਨੇ ਲਾਇਆ, ਉਹ ਆਇਆ 2 ਦਿਨ ਦਫ਼ਤਰ ਮੁੜ ਕੇ ਜਵਾਬ ਦੇ ਗਿਆ ਕਿ ਮੈਂ ਕੰਮ ਨਹੀਂ ਕਰਨਾ। ਇਸ ਤਰ੍ਹਾਂ ਦਾ ਇਹਨਾਂ ਨੇ ਇੱਕ ਰਵੱਈਆ ਅਖਤਿਆਰ ਕੀਤਾ ਜਿੱਥੋਂ ਇਹੋ ਹੀ ਲੱਗਦਾ ਕਿ ਟਾਲਦੇ ਪਏ ਆ, ਤਾਂ ਖਾਸ ਤੌਰ ਤੇ ਇਹ ਟਾਲਣਾ ਚਾਹੁੰਦੇ ਆ ਕਿ ਘੱਟੋ ਘੱਟ 2019 ਵਾਲਾ ਇਲੈਕਸ਼ਨ ਹੈ ਜਿਹੜਾ ਦੇਖ ਲਿਆ ਜਾਵੇ, ਫਿਰ ਉਸ ਤੋਂ ਬਾਅਦ ਕੋਈ ਫੈਸਲਾ ਲਈਏ। ਮਾਮਲਾ ਹਾਈਕੋਰਟ ਦੇ ਵਿੱਚ ਆਲਰੇਡੀ ਜਾ ਚੁੱਕਾ, ਫੂਲਕਾ ਸਾਹਿਬ ਮੋਦੀ ਨੂੰ ਚਿੱਠੀ ਲਿਖ ਚੁੱਕੇ ਆ ਕਿ ਭਾਈ ਇਲੈਕਸ਼ਨ ਕਰਵਾਓ। ਗੱਲ ਬਿਲਕੁਲ ਤੁਹਾਡੀ ਠੀਕ ਹੈ, ਪਰ ਅਕਾਲੀ ਦਲ ਨਹੀਂ ਚਾਹੇਗਾ ਕਿ ਇਸ ਸਮੇਂ ਤੇ ਚੋਣਾਂ ਹੋ ਜਾਣ। ਇਹ ਲੱਗਦਾ ਇਹੋ ਆ ਕਿ ਅਕਾਲੀ ਦਲ ਦੀ ਮੁਰਾਦ ਜਿਹੜੀ ਆ ਉਹ ਪੂਰੀ ਕੀਤੀ ਜਾ ਰਹੀ ਆ, ਪੂਰੀ ਹੁਣ ਰਲ ਮਿਲ ਕੇ ਕੀਤੀ ਜਾ ਰਹੀ ਹੈ ਜਾਂ ਇਕੱਲੇ ਭਾਜਪਾ ਵੱਲੋਂ ਕੀਤੀ ਜਾ ਰਹੀ ਆ, ਇਹ ਵਿਚਾਰਨ ਦਾ ਵਿਸ਼ਾ। ਜੀ ਜੀ, ਅਗਲੇ ਕਾਲਰ ਨੇ ਰਾਜਾ ਮੋਡੈਸਟੋ ਤੋਂ, ਸਤਿ ਸ੍ਰੀ ਅਕਾਲ ਜੀ। ਬਾਦਲਾਂ ਨੂੰ ਹੱਥ ਪਾ ਲਿਆ ਵੀ ਜਿਵੇਂ ਇਹਦੇ ਮੁੰਡੇ ਦੇ ਵੀ ਪਿੱਛੇ ਜੀ ਜਾਂਚ ਹੋਈ ਸੀ ਬਈ ਸਾਰਾ ਕੁਛ ਵੀ ਮੇਰੇ ਤੇ ਨਾ ਹੱਥ ਪੈ ਜੇ, ਤੇ ਦੂਜੀ ਗੱਲ ਬਈ ਇੱਕ ਜਿਹੜਾ ਬਿਗਾੜੀ ਮੋਰਚਾ ਲੱਗਿਆ ਵੀ ਉੱਥੇ ਹੁਣ ਹਰਿਮੰਦਰ ਸਾਹਿਬ ਦੇ ਦਰਵਾਜ਼ਿਆਂ ਦੀ ਜਾਂਚ ਦੀ ਵੀ ਗੱਲ ਉੱਠਣੀ ਚਾਹੀਦੀ ਆ ਵੀ ਕਿਤੇ ਇਹਨਾਂ ਨੇ ਬਈ ਕਿੱਥੇ ਉਹ ਗਏ ਤੇ ਕੀ ਹੋਇਆ, ਇਹ ਮੈਂ ਦੱਸਿਆ ਜੀ। ਜੀ ਦੇਖੋ, ਉੱਠਣੀ ਤੇ ਬਹੁਤ ਗੱਲ ਚਾਹੀਦੀ, ਉੱਠਣੀ ਤੇ ਆਹ ਜਿਹੜੀਆਂ ਬੇਅਦਬੀਆਂ ਹੁੰਦੀਆਂ ਪਈਆਂ ਨੇ ਇਹਨਾਂ ਦੀ ਵੀ ਗੱਲ ਉੱਠਣੀ ਚਾਹੀਦੀ ਮੈਂ ਤੇ ਕਹਿੰਦਾ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਕਹੀਏ ਕਿ ਨਿਰੋਲ ਧਾਰਮਿਕ ਮੋਰਚਾ, ਤੇ ਧਾਰਮਿਕ ਮੁੱਦੇ ਉੱਤੇ ਹੋਣੇ ਚਾਹੀਦੇ ਆ, ਵਿਚਾਰਨੇ ਚਾਹੀਦੇ ਆ। ਜਿਹੜੇ ਦਰਵਾਜ਼ਿਆਂ ਦਾ ਮੁੱਦਾ ਉੱਤੇ ਹੁਣ ਉਹਨਾਂ ਨੇ ਜਿਸ ਤਰ੍ਹਾਂ ਨਾਲ ਕਲੀਅਰ ਕਰ ਦਿੱਤਾ ਕਿ ਆਹ ਦੇਖੋ ਜੀ ਪੁਰਾਣੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਜਰਜਰੇ ਹੋ ਚੁੱਕੇ ਸੀਗੇ, ਜਰਜਰ ਹੋਣ ਕਰਕੇ ਉਹਨਾਂ ਨੂੰ ਉਤਾਰਿਆ ਗਿਆ, ਫਿਰ ਆਹ ਜਿਹੜੇ ਨਵੇਂ ਅਸੀਂ ਲਗਾ ਦਿੱਤੇ ਆ, ਹੁਣ ਪੁਰਾਣਿਆਂ ਦੇ ਨਾਲ ਫੋਟੋ ਵੀ ਖਿੱਚ ਕੇ ਗਿਆਨੀ ਗੁਰਬਚਨ ਸਿੰਘ ਦੀ ਜਿਹੜੀ ਵਾਇਰਲ ਕੀਤੀ ਗਈ ਕਿ ਪੁਰਾਣੇ ਹੈਗੇ ਆ, ਹੁਣ ਕਿੱਥੇ ਆ, ਕਿਸ ਨੇ ਵੇਖੇ ਆ, ਉਹ ਉਹੀ ਦੱਸ ਸਕਦਾ ਜਿਹਨੇ ਵੇਖੇ ਆ। ਇਹ ਮੁੱਦਾ ਤੇ ਹੈਗਾ ਹੀ ਹੈਗਾ, ਆਲਰੇਡੀ ਲੋਕ ਚਰਚਾ ਕਰਦੇ, ਕਈ ਕਿਸਮ ਦੀ ਚਰਚਾ ਕਰਦੇ ਆ। ਬਰਗਾੜੀ ਮੋਰਚੇ ਚ ਗੱਲਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਤੇ ਬਰਗਾੜੀ ਮੋਰਚੇ ਵਾਲੇ ਦੱਸ ਸਕਦੇ ਜਾਂ ਜਿਹੜੀ ਸਾਧ ਸੰਗਤ ਜਾਂਦੀ ਆ ਉਹ ਵੀ ਦੱਸ ਸਕਦੀ ਆ, ਪਰ ਮੇਰੇ ਗੱਲ ਦੇ ਨਾਲ ਵਿਚਾਰਨੇ ਚਾਹੀਦੇ ਆ। ਇਹ ਮੁੱਦੇ ਇਹੋ ਜਿਹੇ ਮੁੱਦੇ ਆ ਜਿਹੜੇ ਅੱਗੇ ਜਾ ਕੇ ਚੋਣਾਂ ਦੇ ਵਿੱਚ ਨਿਰਣਾਇਕ ਸਾਬਤ ਹੋਣਗੇ, ਕਿਉਂਕਿ ਧਾਰਮਿਕ ਚੋਣਾਂ। ਪਰ ਕੁਛ ਲੋਕ ਹੁਣ ਇੱਥੋਂ ਤੱਕ ਵੀ ਕਹਿੰਦੇ ਆ ਇਹ ਜਿਹੜੀ ਬਾਡੀ ਇਲੈਕਟਡ ਬਾਡੀ ਆ ਇਹਦਾ ਜਿਹੜਾ ਢਾਂਚਾ ਯਾਨੀ ਵਿਧੀ ਵਿਧਾਨ ਹੈ ਜਿਹੜਾ ਇਹਨੂੰ ਚੁਣੇ ਜਾਣ ਦਾ ਉਹ ਵੀ ਬਦਲ ਦੀ ਲੋੜ ਆ। ਇੱਕ ਤਰ੍ਹਾਂ ਨਾਲ ਪੂਰੀ ਇਹ ਬਾਡੀ ਆ ਜਿਹੜੀ ਉਹ ਇੱਕ ਗਲਬੇ ਦੇ ਹੇਠ ਆ, ਔਰ ਐਸਾ ਗਲਬਾ ਜਿਹੜਾ ਕਿ ਇਹਦੀ ਰੱਜ ਕੇ ਕੁਵਰਤੋਂ ਕਰਦਾ ਪਿਆ, ਪਰ ਸੁਝਾਅ ਆ ਜਿਹੜੇ ਉਹ ਕੋਈ ਵੀ ਨਹੀਂ ਦੇ ਪਾ ਰਿਹਾ, ਕਿਉਂਕਿ ਇਹ ਜਿਹੜੀ ਬਾਡੀ ਆ ਤੁਹਾਨੂੰ ਪਤਾ ਹੋਮ ਮਿਨਿਸਟਰੀ ਦੇ ਇੱਕ ਲਾਅ ਦੇ ਮੁਤਾਬਕ ਹੀ ਚੱਲਦੀ ਆ, ਉਹਨਾਂ ਦੇ ਅਨੁਸਾਰ ਹੀ ਚੱਲਦੀ ਹੈ ਕਹਿੰਦੇ ਮੁਤਾਬਕ, ਤਾਂ ਕਿੱਦਾਂ ਇਹਦਾ ਮੈਕਨਿਜ਼ਮ ਹੋ ਸਕਦਾ ਉਹਦਾ ਸੁਝਾਅ ਹਾਲੇ ਤੱਕ ਨਹੀਂ ਆਇਆ। ਫੂਲਕਾ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਆ ਮੈਂ ਉਹਦੇ ਤੇ ਵੀ ਸਵਾਲ ਕੀਤਾ ਸੀਗਾ ਕਿ ਭਾਈ ਤੁਸੀਂ ਸੁਪਰੀਮ ਕੋਰਟ ਦੇ ਵਕੀਲ ਆ, ਘੱਟੋ ਘੱਟ ਕੋਈ ਕੰਸੈਪਟ ਇਹੋ ਜਿਹਾ ਪੇਸ਼ ਕਰੋ ਨਾ ਕਿ ਜਿਹੜਾ ਇੱਕ ਬਦਲ ਬਣ ਸਕਦਾ ਹੋਵੇ, ਕਿ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ। ਜੀ ਜੀ ਜੀ, ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ ਆਪਣੇ ਨਾਲ ਜੁੜੇ ਨੇ ਰਣਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਿੰਟੂ। ਹਾਂ, ਮੈਂ ਨਾ ਪੁੱਛਣਾ ਚਾਹੁੰਦਾ ਸੀ ਵੀ ਉਹ ਜਿਹੜਾ ਪੁਲਿਸ ਵਾਲਾ AIG ਆ ਅਜੇ ਵੀ ਖੁੱਲਾ ਫਿਰਦਾ, ਉਹਦੇ ਬਾਰੇ ਕੀ ਜਾਣਕਾਰੀ ਆ ਤੁਹਾਡੇ ਕੋਲ? ਰਣਧੀਰ ਸਿੰਘ ਉੱਪਲ ਜੀ। ਮੇਰੇ ਕੋਲ ਤੇ ਕੋਈ ਜਾਣਕਾਰੀ ਨੀ, ਕਿਉਂਕਿ ਮੈਨੂੰ ਤੇ ਮਿਲਿਆ ਨੀ, ਮੈਨੂੰ ਮਿਲਦਾ ਤੇ ਮੈਂ ਜ਼ਰੂਰ
ਪੁੱਛਣਾ ਲੱਗਦਾ ਕਿਉਂਕਿ ਮੇਰੇ ਨਾਲ ਕੋਈ ਸੰਪਰਕ ਨਹੀਂ ਹੋ, ਉਹਦੀ ਜਾਣਕਾਰੀ ਤਾਂ ਹੁਣ ਪੁਲਿਸ ਕੋਲ ਹੋ ਸਕਦੀ ਆ, ਕਿਉਂਕਿ ਉਹ ਬੰਦਾ ਜਨਤਕ ਤੌਰ ਤੇ ਤਾਂ ਨਹੀਂ ਵਿਚਰ ਰਿਹਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਗਈ, ਔਰ ਕੁੜੀ ਜਿਹੜੀ ਆ ਪੀੜਤਾ ਜਿਹੜੀ ਉਹ ਸ਼ਰਿਆਮ ਦੋਸ਼ ਲਾਉਂਦੀ ਆ ਤੇ ਪੁਲਿਸ ਉਹਨੂੰ ਬਚਾਉਂਦੀ ਰਹੀ ਆ, ਬਚਾਉਂਦੀ ਨਹੀਂ ਰਹੀ ਬਲਕਿ ਦਲਾਲਪੁਣਾ ਵੀ ਕਰਦੀ ਰਹੀ ਆ। ਕੁਛ ਲੋਕ ਦਲਾਲਪੁਣਾ ਵੀ ਕਰਦੇ ਰਹੇ ਆ ਕਿ ਤੂੰ ਬਹਿ ਜਾ। ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਇਹ ਹੁਣ ਜਿਹੜਾ ਏ ਆਈ ਜੀ ਆ ਜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ, ਉਹ ਗ੍ਰਿਫਤਾਰ ਨਹੀਂ ਹੋਇਆ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਮਿਹਰਬਾਨੀ ਇਹਨਾਂ ਦੀ ਹੈਗੀ ਆ। ਔਰ ਕੁਛ ਲੋਕ ਤੇ ਦੱਸਦੇ ਆ ਕਿ ਉਹ ਟੱਪ ਗਿਆ, ਬਾਹਰ ਟੱਪ ਗਿਆ। ਕੁਛ ਲੋਕ ਇਹ ਦੱਸਦੇ ਆ ਕਿ ਨਹੀਂ ਹਾਲੇ ਕੁਛ ਆਪਸ਼ਨ ਹੈ ਉਹਦੇ ਕੋਲ ਜ਼ਮਾਨਤ ਦੇ, ਤਾਂ ਉਹ ਵਰਤਣ ਲਈ ਸ਼ਾਇਦ ਇੱਥੇ ਰੁਕਿਆ ਹੋਇਆ। ਤਰ੍ਹਾਂ ਤਰ੍ਹਾਂ ਦੇ ਚਰਚੇ ਆ ਦਰਸ਼ਨ, ਮੈਂ ਆ ਕੇ ਮੂੰਹ ਚ ਕਹਿ ਰਿਹਾ ਸੀਗਾ ਕਿ ਮੈਨੂੰ ਤਾਂ ਪਤਾ ਨੀ, ਕਿਉਂਕਿ ਜੇ ਕੋਈ ਜਾਣਕਾਰੀ ਹੋਵੇ ਫਿਰ ਤਾਂ ਬੰਦਾ ਕਹਿ ਸਕਦਾ ਠੋਸ ਰੂਪ ਦੇ ਵਿੱਚ ਕਿ ਉਹ ਕਿੱਥੇ ਆ। ਪਰ ਇਹ ਮਾਮਲਾ ਜਿਹੜਾ ਬੜਾ ਗੰਭੀਰ ਸੀ, ਸੰਵੇਦਨਸ਼ੀਲ ਸੀਗੇ, ਤਾਂ ਇਹਦੇ ਵਿੱਚ ਇੱਕ ਪੁਲਿਸ ਅਫਸਰ ਸੀਗਾ ਜਿਹਨੂੰ ਬਚਾਉਣ ਲਈ ਪੁਲਿਸ ਨੇ ਪੂਰਾ ਢਿੱਲ ਲਾਇਆ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਜੀ ਜੀ, ਅਗਲੇ ਕਾਲਰ ਨੇ ਰਾਜ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੇਰਾ ਸਵਾਲ ਆ ਜੀ ਮਿੰਟੂ ਜੀ ਨੂੰ, ਜਿਹੜੇ ਵਾਰ ਵਾਰ ਇੱਕ ਨਾਂ ਆਉਂਦਾ ਜੀ ਟਕਸਾਲੀ, ਅਕਾਲੀ ਆਗੂ, ਇਹ ਟਕਸਾਲੀ ਕਿਧਰੋਂ ਹੋ ਗਏ ਜੀ? ਇਹ ਤਾਂ ਮੌਕਾ ਪ੍ਰਸਤ ਸੀਗੇ ਤੇ ਲਾਲਚੀ ਸੀਗੇ ਸਾਰੇ, ਜਿਹੜੇ ਨੁਕਸ ਆਮ ਲੀਡਰਾਂ ਚ ਹੁੰਦੇ ਉਹੀ ਸੀ। ਟਕਸਾਲੀ ਅਕਾਲੀ ਤਾਂ ਉਹ ਹੁੰਦੇ ਸੀਗੇ ਜੀ ਜਿਹੜੇ ਜਥੇਦਾਰ ਰਹੇ ਆ ਤੇ ਉਹਨਾਂ ਦੇ ਘਰੇ, ਉਹਨਾਂ ਦੇ ਮਰਿਆਂ ਤੋਂ ਬਾਅਦ ਜਦੋਂ ਚਿੱਠੀ ਆਉਂਦੀ ਸੀ ਪਤਾ ਲੱਗਦਾ ਹੁੰਦਾ ਸੀ ਘਰਦਿਆਂ ਨੂੰ ਵੀ ਏਡੇ ਵੱਡੇ ਉਹਦੇ ਤੇ ਰਹਿ ਕੇ ਗਿਆ ਬੰਦਾ, ਇਹ ਉਹ ਹੁੰਦੇ ਸੀਗੇ ਜੀ। ਜਾਂ ਉਹਨਾਂ ਦਾ ਝੋਲਾ ਕਸ਼ਹਿਰਾ ਝੋਲੇ ਚ ਪਾਇਆ ਹੁੰਦਾ ਸੀਗਾ ਜਦੋਂ ਕੋਈ ਮੋਰਚਾ ਲੱਗਦਾ ਸੀ ਤੇ ਉਹ ਬਿਨਾਂ ਕਿਸੇ ਸਵਾਰਤ ਮੋਰਚਿਆਂ ਜਾਂਦੇ ਹੁੰਦੇ ਸੀ। ਇਹ ਵਾਰ ਵਾਰ ਟਕਸਾਲੀ ਅਕਾਲੀ ਇਹਨਾਂ ਨੂੰ ਕਾਹਤੋਂ ਕਹੀ ਜਾਂਦੇ ਆ ਜਿਹੜੇ ਮਾਝੇ ਵਾਲੇ ਆ ਜੀ? ਜੀ ਦੱਸੋ, ਆਪਾਂ ਹੁਣ ਕਿਸੇ ਨੂੰ ਕਹਿਣ ਤੋਂ ਰੋਕ ਨਹੀਂ ਨਾ ਸਕਦੇ। ਕੋਈ ਕਹੀ ਜਾਂਦਾ ਤੁਸੀਂ ਨਹੀਂ ਮੰਨਦੇ ਤੇ ਠੀਕ ਆ, ਹੁਣ ਕੋਈ ਕਹਿੰਦਾ ਤੇ ਕਹੀ ਜਾਵੇ, ਪਰ ਹੈ ਤੇ ਇਹ ਸਵਾਲਾਂ ਦੇ ਕਾਬਲ ਸਵਾਲ ਤੇ ਇਹਨਾਂ ਨੂੰ ਕੀਤੇ ਜਾ ਸਕਦੇ ਆ ਕਿ ਭਾਈ ਤੁਹਾਨੂੰ ਹੁਣੀ ਕਿਉਂ ਦੱਸਿਆ ਕਿ ਉਦੋਂ ਇਹ ਮਾੜਾ ਹੋਇਆ, ਤੇ ਜੇ ਤੁਹਾਨੂੰ ਉਦੋਂ ਪਤਾ ਲੱਗ ਗਿਆ ਸੀਗਾ ਕਿ ਮਾੜਾ ਕੰਮ ਆ ਤੇ ਫਿਰ ਤੁਸੀਂ ਹੁਣ ਤੱਕ ਬੋਲੇ ਕਿਉਂ ਨੀ? ਤੇ ਜੇ ਤੁਹਾਨੂੰ ਹੁਣ ਤੱਕ ਪਤਾ ਹੀ ਨੀ ਲੱਗ ਸਕਿਆ, ਹੁਣ ਪਤਾ ਲੱਗਿਆ ਕਿ ਉਦੋਂ ਆਹ ਸਭ ਕੁਛ ਮਾੜਾ ਹੋਇਆ, ਤੇ ਫਿਰ ਖੇਡ ਲੀਡਰੀ ਆ ਤੁਹਾਡੀ, ਜਿਹਨਾਂ ਨੂੰ 3 ਸਾਲ ਬਾਅਦ ਪਤਾ ਲੱਗਦਾ ਕਿ ਸਾਡੇ ਸੰਗਠਨ ਦੇ ਵਿੱਚ ਜਾਂ ਸਾਡੇ ਰਾਜ ਦੇ ਵਿੱਚ ਆਹ ਕੁਛ ਮਾੜਾ ਹੋ ਗਿਆ? ਉਹ ਤਾਂ ਚਲੋ ਮਾਨਤਾ ਆਪੋ ਆਪਣੀ ਆ, ਕੋਈ ਮੰਨਦਾ ਤੇ ਮੰਨੀ ਜਾਵੇ, ਤੁਸੀਂ ਨਹੀਂ ਮੰਨਦੇ ਜਾਂ ਮੈਂ ਨਹੀਂ ਮੰਨਦਾ, ਉਹ ਇੱਕ ਵੱਖਰਾ ਵਿਸ਼ਾ। ਪਰ ਸਵਾਲ ਇਹਨਾਂ ਨੂੰ ਵੀ ਹੋਣੇ ਚਾਹੀਦੇ ਆ ਕਿ 3 ਸਾਲ ਤੁਸੀਂ ਗੂੰਗੇ ਬੋਲੇ ਬਣ ਕੇ ਕਿਵੇਂ ਚੱਲਦੇ ਰਹੇ, ਤੇ ਹੁਣ ਜਦੋਂ ਪਤਾ ਲੱਗ ਗਿਆ ਕਿ ਸਾਰੀ ਜ਼ਮੀਨ ਸਾਡੇ ਹੇਠੋਂ ਕਿਸ਼ਤ ਦੀ, ਮਾਝਾ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦੀ ਆਸਥਾ ਰੱਖਦਾ ਗੁਰੂ ਸਾਹਿਬਾਨ ਪ੍ਰਤੀ, ਉੱਥੋਂ ਦੀ ਰਾਜਨੀਤੀ ਧਰਮ ਤੋਂ ਬਗੈਰ ਚੱਲ ਹੀ ਨਹੀਂ ਸਕਦੀ। ਜਦੋਂ ਪਤਾ ਲੱਗਿਆ, ਅਹਿਸਾਸ ਹੋਇਆ ਕਿ ਸਭ ਕੁਛ ਲੁੱਟ ਗਿਆ, ਮੇਲਾ ਲੁੱਟ ਗਿਆ, ਤੇ ਉਹ ਹੁਣ ਬਰਗਾੜੀ ਨੂੰ ਹੋ ਤੁਰੇ ਆ, ਅੰਦਰ ਖਾਤੇ ਤਰ੍ਹਾਂ ਜੁੜੀ ਬੈਠੇ ਆ, ਦੇਖਦੇ ਆ ਕਿ ਕੀ ਬਣਦਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੋਣਾ ਚਾਹੀਦਾ ਕਿ 3 ਸਾਲ ਤੁਸੀਂ ਸੁੱਤੇ ਕਿਉਂ ਰਹੇ? ਜੀ ਜੀ ਬਿਲਕੁਲ, ਇਹ ਤਾਂ ਹੈ ਹੀ ਆ ਜੀ, ਅਕਸਰ ਹੀ ਇੱਦਾਂ ਆਪਾਂ ਮਿੰਟੋ ਜੀ ਦੇਖਦੇ ਹਾਂ, ਜਦੋਂ ਦਾਲ ਨਹੀਂ ਗਲਦੀ ਫਿਰ ਬਾਹਰ ਆ ਕੇ ਫਿਰ ਸਾਰੇ ਭਾਂਡੇ ਜਿਹੜੇ ਆ ਉਹ ਭਾਂਦੇ ਨੇ ਅਤੇ ਸਾਰਾ ਕੁਛ ਜਿਹੜਾ ਦੱਸਦੇ ਨੇ ਕੀ ਕੁਛ ਹੁੰਦਾ ਸੀ ਅਤੇ ਆਹ ਮਾੜਾ ਸੀ ਉਹ ਮਾੜਾ ਸੀ। ਅਵਤਾਰ ਸਿੰਘ ਪੰਨੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਪੰਨੂ ਬੇਕਰਸ਼ੀਲ ਤੋਂ ਜੀ। ਹਾਂਜੀ, ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਉਹਨਾਂ ਸੱਜਣਾਂ ਨੇ ਕਿਹਾ ਕਿ ਇਹਨਾਂ ਨੂੰ ਟਕਸਾਲੀ ਕਿਸ ਤਰ੍ਹਾਂ ਕਿਹਾ ਜਾਂਦਾ, ਸਵਾਲ ਇਹ ਹੈ ਕਿ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਟਕਸਾਲੀ, ਮਤਲਬ ਜਿਹੜੇ ਅਸਲੀ ਅਕਾਲੀ ਉਹ ਨੇ, ਇਹ ਉਹ ਨੇ ਸੀਨੀਅਰ ਬਾਦਲ ਧੜੇ ਦੇ ਅਕਾਲੀ ਜਿਨ੍ਹਾਂ ਨੇ ਬਾਦਲ ਦੇ ਨਾਲ ਤੁਰ ਕੇ ਫਾਇਦਾ ਉਠਾਇਆ ਤੇ ਹੁਣ ਉਹਨਾਂ ਨੂੰ ਦਲੀਲ ਕੀਤਾ ਗਿਆ। ਉਹਨਾਂ ਅੱਗੇ ਜੋ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਹੁਣ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਸੋਚਿਆ ਵੀ ਇਹ ਡੁੱਬਦੀ ਬੇੜੀ ਚੋਂ ਛਾਲ ਮਾਰ ਕੇ ਤੇ ਕੋਈ ਹੋਰ ਕੋਈ ਪੱਲਾ ਫੜ ਲਈਏ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਹੁਣ ਇਲੈਕਸ਼ਨ ਹੋਣਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ, ਉਹਦੇ ਵਿੱਚ ਕੀ ਬਣੂਗਾ? ਜਿਹਦੇ ਅਖੌਤੀ ਟਕਸਾਲੀ ਇੱਕ ਬਣੇ ਤੇ ਉਹ ਬਾਦਲ ਧੜਾ ਇੱਕ ਬਣੇ, ਤੇ ਇਹਨਾਂ ਦਾ ਸਿਚੁਏਸ਼ਨ ਕੀ ਬਣੂਗੀ? ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਨਵਾਂ ਜਿਹੜਾ ਸਹੀ ਅਕਾਲੀ ਦਾ ਲਿਆ ਅੱਗੇ ਸਾਹਮਣੇ ਆ ਸਕਦਾ? ਜੀ ਲੰਗੋਵਾਲ ਸਾਹਿਬ ਨੂੰ ਪੁੱਛਿਆ ਸੀਗਾ ਕਿ ਕਿਵੇਂ ਦਿਲ ਵੱਜਦਾ ਤੁਹਾਡਾ, ਕਹਿੰਦਾ ਜੀ ਬਿਲਕੁਲ ਦਿਲ ਵੱਜਦਾ ਮੇਰਾ,
ਤਕਰੀਬਨ ਤਕਰੀਬਨ ਤੇ ਫਿਰ ਸਾਫ਼ ਕਰ ਹੀ ਗਿਆ ਕਿ ਹੋ ਸਕਦਾ ਇਹਦੀ ਟਰਮ ਨੂੰ ਵਧਾ ਦੇਣ, ਐਕਸਟੈਂਡ ਕਰ ਦੇਣ। ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬੁੱਢਾ ਜਿਹੜਾ ਇਸ਼ਾਰਾ ਕਰਦੇ ਪਏ ਹੋ ਕਿ ਜੋ ਹਾਲਾਤ ਬਣਦੇ ਪਏ ਆ, ਜੋ ਹਾਲਾਤ ਤੜਪਦੇ ਪਏ ਆ, ਜੋ ਪ੍ਰਤੀਕੂਲਤਾ ਬਾਦਲ ਪਰਿਵਾਰ ਲਈ, ਕੀ ਉਹ ਕੋਈ ਸਮੀਕਰਨ ਬਦਲ ਸਕਦੀ ਆ, ਪਲਟ ਸਕਦੀ ਆ? ਪਰ ਮੇਰੇ ਖਿਆਲ ਦੇ ਨਾਲ ਜਿਹੜੇ ਬੈਠੇ ਇਸ ਸਮੇਂ, ਜਿਹੜੇ ਚੁਣੇ ਹੋਏ ਆ, ਇਲੈਕਟਡ ਜਿਹੜੇ ਆ, ਪੀਪੀਸੀ ਮੈਂਬਰ ਆ, ਉਹ ਬਹੁਤ ਗਿਣਤੀ ਦੇ ਵਿੱਚ ਹਾਲੇ ਵੀ ਜਿਹੜੇ ਆ ਉਹ ਇਸ ਪਰਿਵਾਰ ਦੇ ਨਾਲ ਖਲੋਤੇ ਆ, ਵਫ਼ਾਦਾਰਿਆਂ ਨਾਲ। ਸੋ ਹਾਲੇ ਮੈਨੂੰ ਲੱਗਦਾ ਕਿ ਖਤਰਾ ਨਹੀਂ, ਕਿਉਂਕਿ ਜਿਹੜੇ ਸੀਗੇ, ਜਿਹੜੇ ਬਾਜੀ, ਉਹ ਖੁੱਲ ਕੇ ਮੈਦਾਨ ਚ ਆ ਚੁੱਕੇ ਆ, ਤੇ ਮੰਨ ਲਓ ਕੋਈ ਦੋ ਚਾਰ ਗੁੱਜੇ ਆ ਜਿਹੜੇ ਉਹ ਹੋਰ ਇੱਧਰ ਪਾਸਾ ਮਾਰ ਸਕਦੇ ਆ, ਪਰ ਫਰਕ ਬਹੁਤ ਆ ਨਾ। ਤੁਹਾਨੂੰ ਪਤਾ ਕਿ ਜਿਹੜੇ ਇਹਨਾਂ ਦੇ ਵਫ਼ਾ ਪ੍ਰਸਤ ਆ, ਉਹਨਾਂ ਦੀ ਹਾਲੇ ਦੀ ਗਿਣਤੀ ਮੇਰੇ ਖਿਆਲ ਦੇ ਨਾਲ ਜ਼ਿਆਦਾ ਜਾਂਦੀ ਆ, ਤੇ ਜਦੋਂ ਤੱਕ ਉਹ ਹੈ ਉਦੋਂ ਤੱਕ ਕਰ ਲੈਣਗੇ। ਔਰ ਮੈਨੂੰ ਤੇ ਇਹ ਵੀ ਲੱਗਦਾ ਕਿ ਜਦੋਂ ਤੱਕ ਪ੍ਰਧਾਨ ਨਹੀਂ ਚੁਣਿਆ ਜਾਂਦਾ, ਉਦੋਂ ਤੱਕ ਜਿਹੜਾ ਆ ਅਸਤੀਫਾ ਗਿਆਨੀ ਗੁਰਬਚਨ ਸਿੰਘ ਦਾ, ਇਹ ਵੀ ਪ੍ਰਵਾਨ ਨਹੀਂ ਹੋਣਾ, ਕਿਉਂਕਿ ਹਾਲੇ ਉਹ ਸਾਰੀ ਕਮੇਟੀ ਚੁਣੀ ਜਾਣੀ ਆ। ਤਾਂ ਜਦੋਂ ਤੱਕ ਵੇਖੋ ਨਾ, ਟਾਈਮਿੰਗ ਆਪਾਂ ਨੂੰ ਵੇਖਣੀ ਪਊਗੀ ਕਿ ਇੱਕ ਪਾਸੇ ਚੀਜ਼ ਡਿਕਲੇਅਰ ਹੁੰਦੀ ਆ ਪ੍ਰਧਾਨ ਦੀ ਚੋਣ ਹੋਊਗੀ, ਦੂਸਰੇ ਪਾਸੇ ਸ਼ਾਮ ਨੂੰ ਅਸਤੀਫਾ ਆ ਜਾਂਦਾ। ਹਾਲਾਂਕਿ ਉਹ ਤੋਂ ਦੋ ਘੰਟੇ ਪਹਿਲਾਂ ਗਿਆਨੀ ਗੁਰਬਚਨ ਸਿੰਘ ਕਹਿੰਦਾ ਕਿ ਮੈਂ ਅਸਤੀਫਾ ਆਪਦੀ ਮਰਜ਼ੀ ਨਾਲ ਦੇਊਂਗਾ, ਇਹਨਾਂ ਖ਼ਬਰਾਂ ਚ ਕੋਈ ਸੱਚਾਈ ਨਹੀਂ ਹੈ, ਤਾਂ ਫਿਰ ਦੇਰ ਸ਼ਾਮ ਅਸਤੀਫਾ ਆ ਜਾਂਦਾ। ਉਹ ਵੀ ਮੈਨੂੰ ਲੱਗਦਾ ਕਿ ਚੋਣ ਤੱਕ ਅਸਤੀਫਾ ਪ੍ਰਵਾਨ ਨਹੀਂ ਹੋਣਾ ਉਹਦਾ, ਰਸਮੀ ਤੌਰ ਤੇ ਉਹਨੇ ਦਿੱਤਾ। ਉਮੀਦ ਤਾਂ ਇਹੋ ਹੀ ਆ ਕਿ ਜਿਹੜੀ ਤੁਸੀਂ ਸੰਭਾਵਨਾ ਜਤਾ ਰਹੇ ਹੋ ਕਿ ਸ਼ਾਇਦ ਕੋਈ ਉਲਟ ਪੁਲਟ ਹੋ ਜਾਵੇ, ਤਾਂ ਉਸ ਸੰਭਾਵਨਾ ਨੂੰ ਅਸੀਂ ਨਗਾਰ ਦਿੱਤੇ ਨਹੀਂ ਕਰ ਸਕਦੇ, ਪਰ ਮੇਰੇ ਖਿਆਲ ਦੇ ਨਾਲ ਉਹਦਾ ਵਜ਼ਨ ਘੱਟ ਆ ਹਾਲ ਦੀ। ਜੀ ਜੀ ਜੀ, ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਨਹੀਂ, ਮੈਂ ਤੇ ਤੁਹਾਡਾ ਮਿੰਟੂ। ਗੱਲ ਸੁਣੋ, ਨਹੀਂ ਨਹੀਂ ਨਹੀਂ, ਤੁਸੀਂ ਸਿੰਘ ਤਾਂ ਹੈ ਨਾ, ਤੇ ਚਲੋ ਕੋਈ ਗੱਲ ਨੀ, ਅਸੀਂ ਗੱਲ ਤਾਂ ਠੋਕ ਵਜਾ ਕੇ ਕਹਿੰਦੇ ਆ ਨਾ, ਉਹ ਸਰਦਾਰ ਹੀ ਹੁੰਦਾ ਜਿਹੜਾ ਗੱਲ ਠੋਕ ਵਜਾ ਕੇ ਕਵੇ, ਜਿਹੜਾ ਮਿਣ ਮਿਣ ਨਹੀਂ ਕਰੇ ਨਾ, ਉਹ ਸਰਦਾਰ ਹੁੰਦਿਆਂ ਵੀ ਨਖੈਦਾ। ਜੀ ਜੀ ਜੀ, ਬੂਟਾ ਸਿੰਘ ਜੀ ਸਵਾਲ। ਹਾਂਜੀ ਹਾਂਜੀ, ਗੱਲ ਇਹ ਆ ਜੀ ਵੀ ਦੇਖੋ, ਇਹ ਜਿਹੜੀ ਕੈਪਟਨ ਸਰਕਾਰ ਹੈ, ਇਹ ਟੀਚਰਾਂ ਦਾ ਕਿਵੇਂ ਕਰ ਰਹੀ ਆ ਸ਼ੋਸ਼ਣ, ਇਹਦੇ ਦੇ ਵਿੱਚ ਇੱਕ ਤਾਂ ਮਨੁੱਖੀ ਅਧਿਕਾਰ ਕੋਲੇ ਜਾਣਾ ਚਾਹੀਦਾ, ਤੇ ਇੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਇਹਨਾਂ ਦੀਆਂ ਜਿਹੜੀਆਂ ਆਪਦੀਆਂ ਤਨਖਾਹ ਵਧਾਈ ਜਾਂਦੇ ਆ, ਆਪਦੀਆਂ ਗੱਡੀਆਂ ਲਈ ਜਾਂਦੇ ਆ, ਤੇ ਪੁੱਠੇ ਸਿੱਧੇ ਹੋਰ ਬਥੇਰੇ ਕੰਮ ਕਰੀ ਜਾਂਦੇ ਆ, ਤੇ ਉਹਨਾਂ ਦੇ ਰੋਕ ਲਾ ਕੇ, ਤੇ ਜਿਹੜੇ ਮੁਲਾਜ਼ਮ ਆ, ਜਿਹੜੀ ਆਮ ਸਟੇਟ ਦਾ, ਮੁਲਕ ਦਾ, ਜਾਂ ਕਿਸੇ ਵੀ ਚੀਜ਼ ਦਾ ਢਾਂਚਾ ਹੁੰਦਾ ਬੇਸਿਕ ਕੇ ਸਿੱਖਿਆ, ਜਿਹੜੇ ਟੀਚਰ ਆ ਉਹਨਾਂ ਨੂੰ, ਉਹਨਾਂ ਦਾ ਸ਼ੋਸ਼ਣ ਕਰ ਰਹੇ ਆ, ਤੇ ਉਹਦੇ ਤੇ ਇਹਨਾਂ ਨੂੰ ਰੋਕ ਲਾਉਣੀ ਚਾਹੀਦੀ, ਮਨੁੱਖੀ ਅਧਿਕਾਰ ਵਾਲੇ ਨੂੰ ਵੀ, ਤੁਸੀਂ ਇਹਨਾਂ ਨੂੰ 45,000 ਤੋਂ 15,000 ਤੇ ਕਿਵੇਂ ਕਰਦੇ ਆ, ਤੇ ਇਹਨਾਂ ਦੀਆਂ ਤਨਖਾਹ ਰੋਕਣੀਆਂ ਚਾਹੀਦੀਆਂ। ਕੋਈ ਸਮਾਜਿਕ ਸੇਵੀ ਸੰਸਥਾ ਜਾਂ ਮਨੁੱਖੀ ਅਧਿਕਾਰ ਵਾਲੇ ਉੱਥੇ ਕੇਸ ਪਾ ਕੇ ਹਾਈਕੋਰਟ ਵਿੱਚ ਇਹਨਾਂ ਨੂੰ ਰੋਕ ਲਾਉਣ, ਆਪ ਤਾਂ ਗੱਡੀਆਂ ਲਈ ਜਾਂਦੇ ਆ, ਕਰੂਜਰ ਲੈਂਡਰ ਕਰੂਜਰ ਹੋਰ ਕਰੀ ਜਾਂਦੇ ਆ। ਮੇਰਾ ਇੰਨਾ ਹੀ ਕਹਿਣਾ, ਇਹ ਤੇ ਕਮੈਂਟ ਕਰੋ ਜੀ। ਜੀ ਜੀ, ਨਹੀਂ ਸਰਦਾਰ ਬੂਟਾ ਸਿੰਘ ਜੀ, ਗੱਲ ਇਹ ਆ ਕਿ ਜਿਹੜਾ ਇੱਥੋਂ ਦਾ ਲੋਕਤਾਂਤਰਿਕ ਸਿਸਟਮ ਹੈ ਨਾ, ਉਸ ਸਿਸਟਮ ਦੀ ਵਿਚਾਰਗੀ ਦੇਖੋ, ਲਾਚਾਰਗੀ ਦੇਖੋ, ਕਿ ਜਿਹੜੀ ਨਿਆਂਪਾਲਿਕਾ ਉਹ ਵਿਧਾਨ ਪਾਲਿਕਾ ਦੇ ਕੰਮਾਂ ਕਾਰਾਂ ਚ ਦਖਲ ਨਹੀਂ ਦੇ ਸਕਦੀ, ਸਿਰਫ ਕਾਨੂੰਨ ਨੂੰ ਡਿਫਾਈਨ ਕਰ ਸਕਦੀ ਹੈ। ਤਾਂ ਕਈ ਵਾਰ ਹੁੰਦਾ ਕੀ ਆ ਕਿ ਜਿਹੜੀ ਵਿਧਾਨ ਪਾਲਿਕਾ ਤੋਂ ਅੱਗੇ ਕਾਰਜਪਾਲਿਕਾ, ਤਾਂ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਮਿਲ ਕੇ ਨਿਆਂਪਾਲਿਕਾ ਦੇ ਹੁਕਮਾਂ ਨੂੰ ਵੀ ਹਵਾ ਚ ਉਡਾ ਦਿੰਦੇ ਆ। ਜਿਹੜੀ ਤੁਸੀਂ ਆਹ ਗੱਲ ਕਹੀ ਹੈ ਨਾ ਕਿ ਇਹਨਾਂ ਨੂੰ ਕੋਰਟ ਕਚਹਿਰੀ ਚ ਜਾਣਾ ਚਾਹੀਦਾ, ਸੁਪਰੀਮ ਕੋਰਟ ਆਲਰੇਡੀ ਇਸ ਬਾਬਤ ਨਿਰਦੇਸ਼ ਦੇ ਚੁੱਕੀ ਆ, ਹਾਈ ਕੋਰਟ ਖੁਦ ਕਹਿ ਚੁੱਕੀ ਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇੱਕ ਬੰਦਾ ਕੱਚਾ ਜਿਹੜਾ, ਉਹਨੂੰ ਤੁਸੀਂ ਨਿਗੂਣੀ ਤਨਖਾਹ ਦਿਓ, ਇੱਕ ਪੱਕਾ ਬੰਦਾ ਉਹ ਇੰਨੀ ਮੋਟੀ ਤਨਖਾਹ ਲਵੇ। ਤਾਂ ਦੋਨਾਂ ਕੋਰਟਾਂ ਚੋਂ ਇਹ ਚੀਜ਼ ਹੋ ਚੁੱਕੀ ਆ ਕਿ ਤੁਸੀਂ ਰੈਗੂਲਰ ਨੂੰ ਕੱਚੇ ਦੇ ਬਰੋਬਰ ਤਨਖਾਹ ਦਿਓ, ਜਿਹੜਾ ਰੈਗੂਲਰ ਆ ਉਹ ਕੱਚੇ ਦੇ ਬਰੋਬਰ ਤਨਖਾਹ, ਯਾਨੀ ਕੱਚੇ ਦੀ ਜਿਹੜੀ ਆ ਰੈਗੂਲਰ ਦੇ ਬਰੋਬਰ ਤਨਖਾਹ ਹੋਵੇ। ਕੋਰਟਾਂ ਪਹਿਲਾਂ ਹੀ ਕਹਿ ਚੁੱਕੀਆਂ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਛ ਮਾਮਲੇ ਇਹੋ ਜਿਹੇ ਆ ਜਿੱਥੇ ਆ ਕੇ ਨਿਆਂ ਵਿਵਸਥਾ ਵੀ ਇਹਨਾਂ ਦੀਆਂ ਬਦਨੀਤੀਆਂ ਅੱਗੇ ਆ ਕੇ ਹੱਥ ਖੜੇ ਕਰ ਜਾਂਦੀ, ਹੱਥ ਖੜੇ ਨੂੰ ਅੰਗਰੇਜ਼ੀ ਚ ਕਹਿੰਦੇ ਆ ਸਰੈਂਡਰ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਸਬਰੀਮਾਲਾ ਮਾਮਲੇ ਦੇ ਵਿੱਚ ਜਿਹੜਾ ਕੀ ਬਣਿਆ, ਦੇਖੋ ਨਿਆਂਪਾਲਿਕਾ ਦੀ ਗੱਲ ਕਰਦੇ, ਆਦੇਸ਼ ਉਹਨਾਂ ਨੇ ਜਾਰੀ ਕਰਤੇ, ਪਰ ਲੋਕ ਤਾਂ ਮੰਨਦੇ ਨੀ। ਬਿਲਕੁਲ, ਤੁਹਾਡੇ ਸਾਹਮਣੇ ਆ ਪਰਫੈਕਟ ਐਗਜ਼ਾਮਪਲ ਆ ਜਿਹੜੀ ਤੁਸੀਂ ਚੁੱਕੀ ਆ। ਤੇ ਉਹਦੇ ਚ ਇੱਕ ਚੀਜ਼ ਹੋਰ ਵੀ ਵੇਖੋ ਨਾ, ਕਿ ਜੇ ਮੁਸਲਿਮ ਤਿੰਨ ਤਲਾਕ ਦਾ ਮਸਲਾ ਆਉਂਦਾ,
ਤਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਕਿ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਹੋਣੀ ਚਾਹੀਦੀ ਆ ਜੀ। ਦੇਖੋ ਨਾ, ਕਿਉਂਕਿ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਤਿੰਨ ਤਲਾਕ ਵਾਲਾ ਫਾਰਮੂਲਾ, ਕਿਹਾ ਕਿ ਕਾਨੂੰਨ ਬਣਾਓ ਇਹਦੇ ਖਿਲਾਫ, ਸਖ਼ਤ ਕਾਨੂੰਨ ਲੈ ਕੇ ਆਓ। ਤਾਂ ਕਾਨੂੰਨ ਕਹਿੰਦੇ ਜੀ ਕਿ ਕਾਂਗਰਸ ਜਿਹੜੀ ਆ ਉਹ ਰਾਜ ਸਭਾ ਦੇ ਵਿੱਚ ਪਾਸ ਨਹੀਂ ਹੋਣ ਦਿੰਦੀ, ਤੇ ਇਹ ਸਵਾਲ ਹੈ ਮੁਸਲਿਮ ਬੀਬੀਆਂ ਨੂੰ ਨਿਆਂ ਦਿਵਾਉਣ ਦਾ। ਹੁਣ ਇੱਕ ਪਾਸੇ ਤੇ ਕਹਿੰਦੀ ਆ ਕਿ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਹੋਣੀ ਚਾਹੀਦੀ ਆ ਤੇ ਬੀਬੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ, ਤੇ ਦੂਸਰੇ ਪਾਸੇ ਉੱਥੇ ਕੀ ਕਰਦੇ ਪਏ ਆ, ਡੰਡੇ ਲੈ ਕੇ ਖਲੋਤੇ ਇਹਨਾਂ ਦੇ ਕਾਰਕੁਨ, ਲਾਠੀਆਂ ਮਾਰਦੇ ਆ। ਉੱਥੇ ਇੱਕ ਬੀਬੀ ਪੱਤਰਕਾਰ ਨੂੰ ਕੁੱਟ ਕੱਟਿਆ ਇਹਨਾਂ ਦੇ ਬੰਦਿਆਂ ਨੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਦੋਗਲੀ ਰਾਜਨੀਤੀ ਕਿਸ ਕਦਰ ਆ, ਔਰ ਨਿਆਂ ਵਿਵਸਥਾ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹਦੀਆਂ ਧੱਜੀਆਂ ਕਿਸ ਤਰ੍ਹਾਂ ਉਡਾਈਆਂ ਜਾਂਦੀਆਂ। ਤਾਂ ਬੜੀ ਸਟੀਕ ਉਦਾਹਰਨ ਚੱਕੀ ਆ ਤੁਸੀਂ, ਤੇ ਦੋਗਲਾ ਪੈਮਾਨਾ ਇਹਨਾਂ ਦਾ ਵੇਖ ਲਓ। ਮੁਸਲਮਾਨ ਔਰਤਾਂ ਨੂੰ ਕਹਿੰਦੀ ਆ ਕਿ ਨਿਆਂ ਦਿਵਾਉਣਾ, ਜਦੋਂ ਸੁਪਰੀਮ ਕੋਰਟ ਕਹਿੰਦੀ ਆ ਕਿ ਇੱਥੇ ਬਰੋਬਰਤਾ ਚੱਲੂਗੀ ਮੰਦਿਰ ਦੇ ਵਿੱਚ, ਉਦੋਂ ਕਹਿੰਦੇ ਆ ਨਹੀਂ, ਸਾਡੀਆਂ ਪਰੰਪਰਾਵਾਂ ਜਿਹੜੀਆਂ ਉਹ ਪ੍ਰਧਾਨ ਰਹਿਣਗੀਆਂ, ਸੁਪਰੀਮ ਕੋਰਟ ਨੂੰ ਅਸੀਂ ਟੇਚੇ ਜਾਣਦੇ ਆ। ਜੀ ਜੀ, ਤੇ ਮਿੰਟੂ ਜੀ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਆ, ਅਤੇ ਜਿਹੜੇ ਭਾਜਪਾ ਅਤੇ ਜਿਹੜੇ ਇਸ ਟਾਈਮ, ਕਿਉਂਕਿ ਸਿਆਸਤ ਹੁਣ ਹੌਲੀ ਹੌਲੀ ਮਗਣੀ ਸ਼ੁਰੂ ਹੋ ਰਹੀ ਆ, ਇਲੈਕਸ਼ਨਾਂ ਜਿਹੜੀਆਂ ਆ ਉਹ ਨਜ਼ਦੀਕ ਆ ਰਹੀਆਂ ਆ, ਕੀ ਸਰਗਰਮੀਆਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ ਜਿਹੜੀ ਸੈਂਟਰ ਦੀ ਜਿਹੜੀ ਹੈ ਸਿਆਸਤ ਨੂੰ ਲੈ ਕੇ? ਦੇਖੋ, ਸਭ ਤੋਂ ਵੱਡਾ ਮੁੱਦਾ ਤੇ ਹੁਣ ਰਾਮ ਮੰਦਿਰ ਦਾ ਇਹਨਾਂ ਨੇ ਚੁੱਕ ਲਿਆ। ਫਿਰ ਤੁਸੀਂ ਉਹ ਮੋਹਨ ਭਾਗਵਤ ਦਾ ਬਿਆਨ ਪੜ੍ਹ ਲਿਆ ਹੋਣਾ, ਜਿਹੜਾ ਉਹਨੇ ਕਿਹਾ ਕਿ ਕਾਨੂੰਨ ਬਣਾ ਦਿਓ, ਮਤਲਬ ਕਿ ਸੁਪਰੀਮ ਕੋਰਟ ਨੂੰ ਬਾਈਪਾਸ ਕਰਕੇ ਸਿੱਧਾ ਆਰਡੀਨੈਂਸ ਲਿਆਓ ਕਿ ਲਿਆਓ ਬਣਾਓ ਅੰਦਰ, ਵੀ ਸੰਸਦ ਕਹਿ ਦੇਵੇ। ਕਿਉਂਕਿ ਆਰਡੀਨੈਂਸ ਵੀ ਤੁਹਾਨੂੰ ਪਤਾ ਹੀ ਹੈ ਨਾ ਕਿ ਡੇਟ ਹੁੰਦੀ ਹੈ 6 ਮਹੀਨਿਆਂ ਤੱਕ, ਜੀ 6 ਮਹੀਨਿਆਂ ਤੱਕ ਉਹਨੂੰ ਬਿੱਲ ਦਾ ਰੂਪ ਦੇਣਾ ਹੁੰਦਾ, ਨਹੀਂ ਤਾਂ ਹੋ ਜਾਂਦਾ ਨਜ਼ਾਰਦ ਹੋ ਜਾਂਦਾ। ਇਹ ਕਹਿੰਦੇ ਕਿ ਆਰਡੀਨੈਂਸ ਲਿਆਓ ਤੇ ਉਹਦੇ ਤਹਿਤ ਹੀ ਮੰਦਰ ਬਣਾ ਦਿਓ ਤੇ ਆਪਾਂ ਹੀ ਨਿਬੇੜੋ। ਹੁਣ ਇਹ ਜਿਹੜਾ ਮੋਹਨ ਭਾਗਵਤ ਆ, ਇਹ 18 ਅਕਤੂਬਰ ਨੂੰ ਤੇ ਹਾ ਗੱਲ ਕਹਿਣ ਡਿਆ ਕਿ ਇਹਦੇ ਲਈ ਨਵਾਂ ਕਾਨੂੰਨ ਲਿਆਓ, ਯਾਬੀ ਛੱਡੋ ਸੁਪਰੀਮ ਕੋਰਟ ਵਾਲਾ। ਤੇ ਦੂਸਰੇ ਪਾਸੇ 12 ਸਤੰਬਰ 2017 ਨੂੰ ਕੀ ਕਹਿ ਰਿਹਾ ਸੀਗਾ ਕਿ ਅਯੋਧਿਆ ਤੇ ਕੋਰਟ ਦਾ ਫੈਸਲਾ ਜਿਹੜਾ ਉਹ ਪ੍ਰਵਾਨਿਤ ਹੋਏਗਾ ਆਰਐਸਐਸ ਨੂੰ, ਚਾਹੇ ਕੋਈ ਵੀ ਆਵੇ। ਹੁਣ 17 ਤੋਂ 18 ਤੇ 18 ਤੋਂ ਅੱਗੇ ਕੀ ਹੋਇਆ, 19 ਨੇੜੇ ਆਇਆ ਤੇ ਹੁਣ ਰਾਮ ਮੰਦਿਰ ਹੈ ਜਿਹੜਾ ਉਹਦੇ ਲਈ ਮਿਸਤਰੀ ਲਾ ਦਿੱਤੇ ਇਹਨਾਂ। ਉਹ ਪੋਸਟ ਵੀ ਤੁਸੀਂ ਸ਼ਾਇਦ ਪੜ੍ਹੀ ਹੋਣੀ ਹੈ ਕਿ ਇਹ ਇਲੈਕਸ਼ਨ ਦੇ ਨੇੜੇ ਮਿਸਤਰੀ ਲਾ ਦਿੰਦੇ ਆ ਰਾਮ ਮੰਦਿਰ ਬਣਾਉਣ ਲਈ, ਤੇ ਜਦੋਂ ਚੋਣਾਂ ਹੋ ਜਾਂਦੀਆਂ ਉਹ ਮਿਸਤਰੀ ਭੱਜ ਜਾਂਦੇ ਆ। ਤਾਂ ਇਸ ਵੇਲੇ ਇਹਨਾਂ ਨੇ ਠੁੰਗ ਮਾਰ ਦਿੱਤੀ ਆ, ਉਹ ਠੁੰਗ ਇਹੋ ਹੀ ਆ ਕਿ ਰਾਮ ਮੰਦਿਰ ਮੁੱਦਾ ਜਿਹੜਾ ਉਹ ਇਹਨਾਂ ਨੇ ਚੱਕ ਲਿਆ। ਤਾਂ ਮੇਰੇ ਖਿਆਲ ਦੇ ਨਾਲ ਹਿੰਦੂ ਭਾਈਚਾਰੇ ਨੂੰ ਥੋੜਾ ਜਿਹਾ ਸਮਝ ਤੋਂ ਕੰਮ ਲੈਣਾ ਚਾਹੀਦਾ ਕਿ ਦੇਖੋ, ਰਾਮ ਮੰਦਿਰ ਕਹਿ ਕੇ ਇਹ ਤੁਹਾਡਾ ਪਤਾ ਨੀ ਕਿੰਨਾ ਜ਼ਿਆਦਾ ਵੋਟਾਂ ਦੇ ਪੱਖੋਂ ਸ਼ੋਸ਼ਣ ਕਰ ਦਿੰਦੇ ਆ। ਤੇ ਜਿਹੜੇ ਫੁੱਟਪਾਥਾਂ ਤੇ ਰੁਲਦੇ ਪਏ ਆ, ਹਸਪਤਾਲਾਂ ਚ ਦਵਾਈਆਂ ਖੜੋ ਵਿਲਕਦੇ ਪਏ ਆ, ਉਹ ਵੀ ਤਾਂ ਬਹੁ ਗਿਣਤੀ ਚ ਹਿੰਦੂ ਹੀ ਆ, ਬੇਰੁਜ਼ਗਾਰ ਉਹ ਵੀ ਤਾਂ ਬਹੁ ਗਿਣਤੀ ਚ ਹੋ ਗਈ ਆ। ਸੋ ਜ਼ਰੂਰ ਇਸ ਪੱਖ ਤੋਂ ਆ ਕਿ ਇਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਚਾਲਾਂ ਨੇ, ਚਲਾਕੀਆਂ ਨੇ, ਉਹਨਾਂ ਨੂੰ ਰੱਦ ਕੇ ਇਹ ਸਾਰੀ ਜਿਹੜੀ ਰਾਜਨੀਤੀ ਆ, ਚਾਹੇ ਕਿਸੇ ਵੀ ਧਰਮ ਨਾਲ ਜੁੜੀ ਰਾਜਨੀਤੀ ਆ, ਤਾਂ ਉਹਨਾਂ ਨੂੰ ਇਸ ਚੌਕਟੇ ਚ ਲਿਆਂਦਾ ਜਾਵੇ ਕਿ ਧਰਮ ਆਪਣੀ ਚੱਲ ਆਪੇ ਚੱਲਦਾ ਰਹੂਗਾ। ਭਾਈ ਸਾਹਿਬ, ਤੁਸੀਂ ਰਾਜਨੀਤੀ ਕਰਨੀ ਆ ਤਾਂ ਤੁਹਾਡਾ ਜਿਹੜਾ ਪ੍ਰਮੁੱਖ ਏਜੰਡਾ ਜਾਂ ਤੁਹਾਡਾ ਜਿਹੜਾ ਰੋਡ ਮੈਪ ਆ ਉਹ ਵਿਕਾਸ ਮੁਖੀ ਹੋਣਾ ਚਾਹੀਦਾ, ਵੋਟ ਮੁਖੀ ਨਹੀਂ ਹੋਣਾ ਚਾਹੀਦਾ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਦੇ ਸਵਾਲਾਂ ਨੂੰ ਜਿਹੜੇ ਤੁਸੀਂ ਉਹਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBU ਯੂਬਾਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM।